ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਸੰਦੀਪ ਲਾਦੂਕਾ। ਪੰਜਾਬ ਅਤੇ ਦੇਸ਼ ਨਾਲ ਸੰਬੰਧਿਤ ਕੁਝ ਅਹਿਮ ਮੁੱਦਿਆਂ ਦੇ ਉੱਤੇ ਅਸੀਂ ਗੱਲਬਾਤ ਕਰਨੀ ਹੈ। ਸਭ ਤੋਂ ਪਹਿਲਾਂ ਮਸਲਾ ਜਿਹੜੇ ਕਰਨਾਲ ਦੇ ਵਿੱਚ, ਹਰਿਆਣਾ ਦੇ ਵਿੱਚ 4 ਸਿੱਖ ਪਰਿਵਾਰਾਂ ਦੇ ਘਰ ਢਾਹ ਦਿੱਤੇ ਗਏ ਨੇ ਪ੍ਰਸ਼ਾਸਨ ਵੱਲੋਂ, ਜਿਸ ਦੀ ਸਾਰੇ ਪਾਸੇ ਨਿਖੇਧੀ ਹੋ ਰਹੀ ਹੈ, ਖਾਸ ਕਰਕੇ ਸਿੱਖ ਭਾਈਚਾਰੇ ਦੇ ਵੱਲੋਂ ਕਿ ਉਹਨਾਂ ਦਾ ਕਸੂਰ ਕੀ ਸੀ। ਨਾ ਕੋਈ ਨੋਟਿਸ, ਨਾ ਕੋਈ ਪਰਚਾ ਦਰਜ ਹੋਇਆ, ਘਰ ਢਾਹ ਦੇਣੇ, ਇਹ ਕਿੱਥੋਂ ਦਾ ਇਨਸਾਫ਼? SGPC ਦਾ ਵਫ਼ਦ ਵੀ ਉੱਥੇ ਜਾਂਦਾ, 1-1 ਲੱਖ ਰੁਪਏ ਦੀ ਰਾਸ਼ੀ ਤਾਂ ਦਿੱਤੀ ਗਈ, ਪਰ ਇਸ ਦੇ ਨਾਲ ਗੁਜ਼ਾਰਾ ਕਿਵੇਂ ਹੋਣਾ? ਇਸ ਦੇ ਉੱਤੇ ਗੱਲ ਕਰਾਂਗੇ। ਔਰ ਇਸੇ ਤਰ੍ਹਾਂ ਇੱਕ ਗੰਗਾਨਗਰ ਦੇ ਵਿੱਚ ਦੇਖੀ ਗਈ ਘਟਨਾ, ਜਿਸ ਦੇ ਵਿੱਚ ਗੁਰਦੁਆਰੇ ਦੇ ਮੁੱਖ ਸੇਵਾਦਾਰ ਤਜਿੰਦਰਪਾਲ ਸਿੰਘ ਟਿੰਮਾ ਨੂੰ ਨਿਸ਼ਾਨਾ ਬਣਾਇਆ ਗਿਆ, ਉਹਨਾਂ ਦੇ ਖਿਲਾਫ਼ ਪਰਚਾ ਦਰਜ ਕੀਤਾ ਗਿਆ, ਔਰ ਇਹ ਕਹਿ ਕੇ ਕਿ ਉਹਨਾਂ ਨੇ ਨਫ਼ਰਤੀ ਭਾਸ਼ਣ ਦਿੱਤਾ। ਇਸ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਨਿਖੇਧੀ ਵੀ ਸਾਹਮਣੇ ਆਈ ਹੈ, ਇਸ 'ਤੇ ਗੱਲ ਕਰਾਂਗੇ। ਔਰ ਨਾਲ ਗੱਲ ਕਰਾਂਗੇ ਇੱਕ ਪੰਜਾਬ ਦੇ ਹੋਰ ਅਹਿਮ ਮੁੱਦੇ 'ਤੇ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ। ਸਭ ਤੋਂ ਪਹਿਲਾਂ ਹਰਿਆਣੇ ਦੀ ਗੱਲ ਕਰੀਏ, ਜੇਕਰ 4 ਸਿੱਖ ਪਰਿਵਾਰਾਂ ਦੇ ਘਰ ਕਹਿੰਦੇ ਢਾਹ ਦਿੱਤੇ ਆ ਕਰਨਾਲ ਦੇ ਅੰਦਰ, ਔਰ ਉਹ ਪਰਿਵਾਰਾਂ ਦੇ ਘਰ ਢਾਉਣ ਤੋਂ ਪਹਿਲਾਂ ਨਾ ਕਿਸੇ ਤਰ੍ਹਾਂ ਦਾ ਕੋਈ ਨੋਟਿਸ ਹੈ, ਨਾ ਕੁਛ ਹੈ। ਇਹ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ, ਕੀ ਮਿੱਥ ਕੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਜਾਂ ਫਿਰ ਇਸ ਦੀ ਵਜ੍ਹਾ ਕੋਈ ਹੋਰ ਹੈ? ਦੇਖੋ, ਸਭ ਤੋਂ ਵੱਡੀ ਗੱਲ ਆ ਕਿ ਸੰਦੀਪ, ਖਾਸ ਕਰਕੇ ਮਨਿਓਰਟੀ ਇਸ ਸਮੇਂ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰ ਰਹੀ ਹੈ। ਜਦੋਂ ਨਿੱਕੀਆਂ ਨਿੱਕੀਆਂ ਘਟਨਾਵਾਂ ਵਾਪਰਦੀਆਂ ਉਦੋਂ ਚਿੰਤਾ ਪ੍ਰਗਟ ਕਰਨੀ ਬਣਦੀ ਹੈਗੀ ਆ, ਲੇਕਿਨ ਉਹ ਸਰਕਾਰਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਕਿ ਆਖਰੇ ਮਨਿਓਰਟੀ ਇਸ ਸੋਚਣ ਵਾਸਤੇ ਇਸ ਪੱਖ 'ਤੇ ਕਿਉਂ ਮਜਬੂਰ ਆ, ਕਿਉਂਕਿ ਹਾਲਾਤ ਇੱਦਾਂ ਦੇ ਜਦੋਂ ਤੁਸੀਂ ਦੇਖਦੇ ਹੋ ਆਪਣੀ ਅੱਖੀਂ ਡਿੱਠੇ, ਤਾਂ ਫਿਰ ਚਿੰਤਾ ਕਰਨੀ ਬਣਦੀ। ਹੁਣ ਹਰਿਆਣੇ ਦੇ ਵਿੱਚ ਕਿ ਉਹ ਪਰਿਵਾਰ ਜਦੋਂ 1947 ਦੀ ਵੰਡ ਹੋਈ ਸੀ, ਇੱਧਰੋਂ ਬਹੁਤ ਸਾਰੇ ਪਰਿਵਾਰ ਚਲ ਗਏ, ਉੱਧਰੋਂ ਬਹੁਤ ਸਾਰੇ ਪਰਿਵਾਰ ਆ ਗਏ, 10 ਲੱਖ 'ਤੇ ਪੰਜਾਬੀ ਮਾਰਿਆ ਗਿਆ, ਚਾਹੇ ਉਹ ਪੰਜਾਬੀ ਹਿੰਦੂ ਸੀ, ਚਾਹੇ ਉਹ ਪੰਜਾਬੀ ਸਿੱਖ ਸੀ, ਚਾਹੇ ਉਹ ਪੰਜਾਬੀ ਮੁਸਲਮਾਨ ਸੀ, 30 ਲੱਖ ਤੋਂ ਵੱਧ 'ਤੇ ਉਜੜੇ ਨੇ। ਔਰ ਉਸ ਤੋਂ ਬਾਵਜੂਦ ਕੀ ਕੁਝ ਵਾਪਰਿਆ ਇਸ ਧਰਤੀ 'ਤੇ, ਉਹ ਆਪਾਂ ਅੰਦਾਜ਼ਾ ਨਹੀਂ ਲਗਾ ਸਕਦੇ। ਹੁਣ ਇੱਕ ਪਰਿਵਾਰ ਉੱਥੇ ਆ ਕੇ ਵੱਸਦਾ ਕਰਨਾਲ ਦੇ ਵਿੱਚ, ਖਾਸ ਕਰਕੇ ਪਿੰਡ ਆ ਅੰਮੂਪੁਰ ਦੇ ਵਿੱਚ ਪਰਿਵਾਰ ਵੱਸਦਾ, 4 ਪਰਿਵਾਰ ਸੀ ਸਿੱਖ, ਉਹਨਾਂ ਦੀ ਮਕਾਨ ਤੋੜ ਦਿੱਤੇ ਨੇ, ਘਰ ਤੋੜ ਦਿੱਤੇ। ਦੇਖੋ, 1947 ਤੋਂ ਉੱਥੋਂ ਉਜੜ ਕੇ ਆਏ, ਫਿਰ ਉਹ ਆ ਕੇ ਕਰਨਾਲ ਦੇ ਪਿੰਡ ਅੰਮੂਪੁਰ ਦੇ ਵਿੱਚ ਰਹਿਣ ਲੱਗ ਪੈਂਦੇ ਨੇ, ਉਹਨਾਂ ਵਾਸਤੇ ਇੱਕ ਹੋਰ ਜਾੜਾ ਗਿਆ, ਉਹਨਾਂ ਵਾਸਤੇ ਫਿਰ 47 ਆ ਗਈ। ਹੁਣ ਜਿਹਦਾ ਘਰ, ਜਿਹਦਾ ਆਸ਼ੀ ਆਣਾ, ਜਿਹਦਾ ਤੋੜ ਦਿੱਤਾ ਜਾਵੇ ਸਰਕਾਰੀ ਪ੍ਰਸ਼ਾਸਨ ਵੱਲੋਂ, ਉਹਦੇ ਵਾਸਤੇ ਤਾਂ ਇਸ ਤੋਂ ਵੱਡਾ ਸੰਤਾਪ ਨਹੀਂ ਹੋ ਸਕਦਾ। ਜਿਸ ਸਥਿਤੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫ਼ਦ ਜਾਂਦਾ, ਉਹ 1-1 ਲੱਖ ਰੁਪਏ ਦਾ ਮੁਆਵਜ਼ਾ ਦਿੰਦਾ ਹੈਗਾ, ਪਰ 1 ਲੱਖ ਰੁਪਏ ਦਾ ਨਾ ਘਰ ਤਾਂ ਨਹੀਂ ਬਣਨਾ, ਫਰਜ਼ ਤਾਂ ਹਰਿਆਣਾ ਸਰਕਾਰ ਦਾ। ਹੁਣ ਉਹ ਇੱਕ ਵਫ਼ਦ ਗਿਆ, ਕਮੇਟੀ ਦਾ ਗਠਨ ਕੀਤਾ, ਜਿਹਦੇ 'ਚ ਹਰਭਜਨ ਸਿੰਘ ਮਸਾਣਾ ਗਏ ਨੇ, ਗੁਰਬਖਸ਼ ਸਿੰਘ ਖਾਲਸਾ, ਗੁਰਚਰਨ ਸਿੰਘ ਗਰੇਵਾਲ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਤਜਿੰਦਰਪਾਲ ਸਿੰਘ ਲਾਡਵਾ। ਹੁਣ ਇਸ ਵਫ਼ਦ ਨੇ ਜਾ ਕੇ ਜਾਣਕਾਰੀ ਸਾਂਝੀ ਕੀਤੀ ਆ, 1-1 ਲੱਖ ਰੁਪਇਆ ਦੇ ਤਾ, ਲੇਕਿਨ ਹਰਿਆਣਾ ਸਰਕਾਰ ਦਾ ਫਰਜ਼ ਬਣਦਾ। ਔਰ ਇਹਦੇ 'ਚ ਉਹਨਾਂ ਨੇ ਭਾਰਤੀ ਜਨਤਾ ਪਾਰਟੀ 'ਤੇ ਇਲਜ਼ਾਮ ਲਗਾਏ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਇੱਕ ਵਫ਼ਦ ਗਿਆ, ਕਿ ਮਨੁੱਖੀ ਹੱਕਾਂ ਦਾ ਉਲੰਘਣ ਕੀਤਾ ਗਿਆ, ਅਧਿਕਾਰਾਂ ਦਾ ਉਲੰਘਣ ਕੀਤਾ ਗਿਆ। ਔਰ ਇਹਦੇ 'ਚ ਇਹ ਵੀ ਦੋਸ਼ ਲੈ ਕੇ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਵਾਲਾ ਸਿੱਖਾਂ ਦੇ ਖਿਲਾਫ਼ ਇਹ ਧੱਕਾ ਸ਼ਰੇਆਮ, ਔਰ ਇੱਕ ਤੁਸੀਂ ਘਰ ਤੋੜ ਦਿੱਤੇ ਗਏ ਨੇ। ਹੁਣ ਇਹ ਵੀ ਉਹਨਾਂ ਦੋਸ਼ ਲਗਾਏ ਨੇ ਕਿ ਇਹ ਜਿਹੜਾ ਹੁਣ ਇਨਸਾਫ਼ ਮਿਲਦਾ ਕਿ ਨਹੀਂ ਮਿਲਦਾ ਗਿਆ, ਹੁਣ ਇਸ ਮਸਲੇ ਕਹਿੰਦੇ ਕਿ ਨਰਿੰਦਰ ਮੋਦੀ ਸਾਹਿਬ ਨੂੰ ਚਾਹੀਦਾ, ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਚਾਹੀਦਾ, ਔਰ ਹਰਿਆਣੇ ਦੇ ਜਿਹੜੇ ਨਾਇਬ ਸੈਣੀ ਸਾਹਿਬ ਦੀ ਅਗਵਾਈ 'ਚ ਸਰਕਾਰ ਚੱਲ ਰਹੀ ਆ, ਉਹਨਾਂ ਨੂੰ ਦੇਖਣਾ ਚਾਹੀਦਾ ਕਿ ਆਖਿਰ ਉਹਨਾਂ ਦੇ ਘਰ ਕਿਉਂ ਤੋੜੇ ਗਏ। ਹੁਣ ਇਹ ਜਿਹੜਾ ਮਸਲਾ ਕੀ ਹੈ ਕਿ ਜਿਹੜਾ ਪਰਿਵਾਰ ਆ, ਪਰਿਵਾਰ ਦਾ ਮੈਂਬਰ ਆ ਬੂਟਾ ਸਿੰਘ, ਹੁਣ ਬੂਟਾ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਕਿ ਉਹਨਾਂ ਦਾ ਪਰਿਵਾਰ ਦੇਸ਼ ਦੇ ਵੰਡ ਤੋਂ ਬਾਅਦ ਇੱਥੇ ਆ ਕੇ ਵੱਸ ਗਿਆ ਸੀ ਅੰਮੂਪੁਰ 'ਚ, ਅਤੇ 26 ਜੂਨ 1924 ਨੂੰ ਅਚਾਨਕ ਸਰਕਾਰੀ ਅਧਿਕਾਰੀ ਆਏ ਨੇ ਅਤੇ ਪੁਲਿਸ ਦੀ
ਫੋਰਸ ਨਾਲ ਸਾਡੇ ਘਰ ਤੋੜ ਦਿੱਤੇ ਗਏ ਨੇ। ਹੁਣ ਸਵਾਲ ਇਸ ਮਸਲੇ 'ਚ ਸੰਦੀਪ ਆ ਗਿਆ ਕਿ ਜਿਹੜੇ ਕੱਲ੍ਹ ਰੌਲਾ ਪਾ ਰਹੇ ਨੇ ਪੰਜਾਬ ਦੇ ਲੀਡਰ, ਚਾਹੇ ਉਹਦੇ 'ਚ ਸੁਨੀਲ ਜਾਖੜ ਸਾਹਿਬ, ਚਾਹੇ ਉਹਦੇ 'ਚ ਕੇਂਦਰੀ ਰਾਜ ਮੰਤਰੀ ਰਮਜੀਤ ਸਿੰਘ ਬਿੱਟੂ ਸਮੇਤ ਬੀਜੇਪੀ ਵਾਲੇ, ਹੁਣ ਨਹੀਂ ਰੌਲਾ ਪਾਉਣਗੇ ਨਾ, ਕਿਉਂਕਿ ਅਗਰ ਸਿੱਖ ਦਾ ਨੁਕਸਾਨ ਹੋ ਜੇ ਇਹ ਇਹਨਾਂ ਨੂੰ ਕੁਛ ਨਹੀਂ, ਦਰਦ ਨਹੀਂ ਹੁੰਦਾ, ਅਤੇ ਜੇ ਜਾਣ ਬੁੱਝ ਕੇ ਕੋਈ ਸ਼ਰਾਰਤਾਂ ਕਰੇ ਤਾਂ ਉਹਦਾ ਐਕਸ਼ਨ ਦਾ ਰਿਐਕਸ਼ਨ ਹੋਵੇ, ਅਤੇ ਇਹ ਤੜਫ ਉੱਠਦੇ ਨਹੀਂ ਸਰ ਪਾਰਟੀ। ਹੁਣ ਇਹ ਕਿਉਂ ਨਹੀਂ ਸਟੇਟਮੈਂਟ ਆਉਣੀ ਚਾਹੀਦੀ? ਪੰਜਾਬ ਦੇ ਰਾਜਪਾਲ ਸਾਹਿਬ ਨੂੰ ਕਿਉਂ ਨਹੀਂ ਆਪਣੇ ਕਾਊਂਟਰ ਪਾਰਟ ਦੇ ਨਾਲ ਗੱਲ ਕਰਨੀ ਚਾਹੀਦੀ? ਤੁਸੀਂ ਲੁਧਿਆਣੇ ਦੇ ਚਲੇ ਗਏ, ਅਫਸਰਾਂ ਨੂੰ ਕਿਹਾ ਕਿ ਮੈਂ ਇਸ ਦੀ ਰਿਪੋਰਟ ਦੇਖ ਰਿਹਾ ਵਾਂ, ਅਤੇ ਫਿਰ ਆਪਣੇ ਕਾਊਂਟਰ ਪਾਰਟ ਜਿਹੜੇ ਆਪਣੇ ਹਮ ਰੁਤਬਾ ਹਰਿਆਣੇ ਦੇ ਰਾਜਪਾਲ ਉਹਨਾਂ ਨਾਲ ਗੱਲ ਕਰੋ। ਪੰਜਾਬ ਸਰਕਾਰ ਨੂੰ ਵੀ ਗੱਲ ਕਰਨੀ ਚਾਹੀਦੀ ਆ, ਪੰਜਾਬ 'ਚੋਂ ਬਾਹਰ ਜਿਹੜੇ ਵੱਸਦੇ ਸਿੱਖ ਆ, ਪੰਜਾਬ ਸਰਕਾਰ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਆ। ਹੁਣ ਅਜਿਹੀ ਸਥਿਤੀ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਸਾਹਿਬ ਦੀ ਸਟੇਟਮੈਂਟ ਲਿਆਉਗੀ, ਔਰ ਸਭ ਤੋਂ ਵੱਧ ਤਾਂ ਮੈਨੂੰ ਹੈਰਾਨੀ ਹੁੰਦੀ ਇਕਬਾਲ ਸਿੰਘ ਲਾਲਪੁਰਾ, ਜਿਹੜੇ ਮਨਿਓਰਟੀ ਕਮਿਸ਼ਨ ਦੇ ਚੇਅਰਮੈਨ ਨੇ ਨਾ ਇਕਬਾਲ ਸਿੰਘ ਲਾਲ, ਜਿਨ੍ਹਾਂ ਦਾ ਕੰਮ ਆ, ਫਰਜ਼ ਆ, ਅਧਿਕਾਰ ਆ ਸੰਵਿਧਾਨਕ ਤੌਰ 'ਤੇ ਕਿ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਦੇ ਵਿੱਚ ਕਿਸੇ ਸਿੱਖ ਨਾਲ, ਕਿਸੇ ਮੁਸਲਮਾਨ ਨਾਲ, ਕਿਸੇ ਇਸਾਈ ਦੇ ਨਾਲ, ਕਿਸੇ ਬੋਧੀ ਦੇ ਨਾਲ, ਕਿਸੇ ਜੈਨੀ ਦੇ ਨਾਲ ਧੱਕਾ ਹੁੰਦਾ, ਸਰਕਾਰੀ ਜਾਂ ਗੈਰ ਸਰਕਾਰੀ। ਤੁਸੀਂ ਰਿਪੋਰਟ ਮੰਗਣੀ ਦਿਆ, ਉਹਨਾਂ ਨੂੰ ਹਾਲੇ ਤੱਕ ਪਤਾ ਨਹੀਂ ਲੱਗਾ 26 ਜੂਨ ਦੀ ਘਟਨਾ ਹੈਗੀ ਆ, ਅਤੇ ਹਰਿਆਣਾ ਸਰਕਾਰ ਚੁੱਪ ਕਰਕੇ ਬੈਠੀ ਆ। ਮਤਲਬ ਜਦੋਂ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ, ਹੁਣ 1947 ਤੋਂ 78 ਸਾਲ ਬਾਅਦ ਤੁਸੀਂ ਲੋਕਾਂ ਦੇ ਘਰ ਤੋੜ ਦਿੱਤੇ ਹੈਗੇ, ਔਰ 78 ਸਾਲ ਬਾਅਦ ਸਰਕਾਰ ਨੂੰ, ਹਰਿਆਣਾ ਸਰਕਾਰ ਨੂੰ ਪਤਾ ਲੱਗਾ ਹੈਗਾ ਕਿ ਉਹਨਾਂ ਉਹ ਜ਼ਮੀਨ ਦੱਸਿਆ ਤਾਂ ਜਾਵੇ ਨਾ, ਉਹ ਜ਼ਮੀਨ ਗੈਰ ਕਾਨੂੰਨੀ, ਅਤੇ ਜੇ 78 ਸਾਲ ਬਾਅਦ ਤਾਂ ਕਰਦੇ ਤਾਂ ਪਿਛਲੀਆਂ ਸਰਕਾਰਾਂ ਸੁੱਤੀਆਂ ਰਹੀਆਂ ਨੇ, ਇਹਦਾ ਮਤਲਬ ਕਿਤੇ ਨਾ ਕਿਤੇ ਤਾਂ ਟਾਰਗੇਟ ਕੀਤੇ ਜਾ ਰਹੇ ਨਾ ਜਿਹੜੇ ਸਿੱਖ ਨੇ। ਬਣਨ ਨੂੰ ਤਾਂ ਇੱਕ ਜਿਹੜੀ ਕਮੇਟੀ ਵੱਖਰੀ ਉੱਥੇ ਬਣ ਗਈ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਸਿੱਖ ਗੁਰਦੁਆਰਾ ਪ੍ਰਬੰਧ, ਉਹਨਾਂ ਦੇ ਵਿੱਚੋਂ ਬਲਜੀਤ ਸਿੰਘ ਦਾਦੂਵਾਲ ਜਿਹੜੇ ਹਰ ਮਸਲੇ ਦੇ ਉੱਤੇ ਚਾਹੇ ਜਿੱਥੇ ਮਰਜ਼ੀ ਉਹ ਬੈਠੇ ਹੋਣ, ਚਾਹੇ ਦੇਸ਼ ਹੈ ਵਿਦੇਸ਼, ਉਹ ਬੜੇ ਬੋਲ ਪੈਂਦੇ ਆ, ਭੜਕ ਜਾਂਦੇ ਆ, ਅਜਿਹੇ ਮਾਮਲੇ 'ਚ ਉਹਨਾਂ ਦੀ ਵੀ ਕੋਈ ਸਟੇਟਮੈਂਟ ਨਹੀਂ? ਦੇਖੋ, ਬਲਜੀਤ ਦਾਦੂਵਾਲ ਸਾਹਿਬ ਬਾਰੇ ਨਾ ਬੋਲਿਆ ਤਾਂ ਚੰਗੀ ਗੱਲ ਹੈ ਨਾ, ਬੋਲਿਆ ਤਾਂ ਉਹਨਾਂ ਬਾਰੇ ਚਾਹੀਦਾ ਜਿਨ੍ਹਾਂ ਦਾ ਫਰਜ਼ ਬਣਦਾ, ਜਿਹੜੇ ਆਪਣੇ ਫਰਜ਼ਾਂ ਨੂੰ ਪਛਾਣਦੇ ਨੇ, ਜਾਂ ਜਿਹੜੇ ਜ਼ਿਆਦਾ ਰੌਲੇ ਪੈਂਦੇ ਉਹਨਾਂ ਦੀ ਜਵਾਬ ਤਲਬੀ ਹੋਣੀ ਚਾਹੀਦੀ ਨਾ। ਕਈ ਸਿੱਖ ਕੌਮ ਦੇ ਵਿੱਚ ਅਜਿਹੇ ਬੰਦੇ ਨੇ ਜਿਨ੍ਹਾਂ ਜਿਨ੍ਹਾਂ ਬਾਰੇ ਨਾ ਬੋਲਿਆ ਜਾਵੇ ਤਾਂ ਚੰਗਾ ਹੀ ਰਹਿੰਦਾ ਹੈਗਾ, ਸਾਰਿਆਂ ਨੂੰ ਪਤਾ ਕਿ ਕੌਣ ਕਿੰਨੇ ਪਾਣੀ ਦੇ ਵਿੱਚ ਹੈ ਅਤੇ ਕੌਣ ਕਿਹਦੇ ਹੱਥਾਂ ਦੇ ਵਿੱਚ ਖੇਡਦਾ ਹੈਗਾ ਨਾ। ਹੁਣ ਹਰਿਆਣਾ ਜਿਹੜੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਪਤਾ ਹੈਗਾ ਪਹਿਲਾਂ ਕਾਂਗਰਸ ਦੀ ਬੋਲੀ ਬੋਲਦੀ ਰਹੀ ਆ, ਹੁਣ ਬੀਜੇਪੀ ਦੀ ਬੋਲੀ ਬੋਲਦੀ ਹੈਗੀ ਆ। ਦਿੱਲੀ ਵਾਲਿਆਂ ਦਾ ਵੀ ਹਾਲ ਆ ਕਿ ਉਹ ਦਿੱਲੀ ਵਾਲੇ ਵੀ ਹੁਣ ਬੀਜੇਪੀ ਦੀ ਬੋਲੀ, ਉਹ ਦਿੱਲੀ ਦੇ ਸਾਰੀ ਜਿਵੇਂ ਸੁਖਬੀਰ ਸਿੰਘ ਬਾਦਲ ਹੁਣੀ ਕਹਿ ਰਹੇ ਨੇ ਕਿ ਹਰਿਆਣਾ ਕਮੇਟੀ ਵੀ ਬੀਜੇਪੀ ਦੀ ਝੋਲੀ, ਦਿੱਲੀ ਕਮੇਟੀ ਬੀਜੇਪੀ, ਉਹਨਾਂ ਤੋਂ ਕੀ ਆ? ਪਰ ਜਦੋਂ ਕੋਈ ਹੋਰ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ ਹੁੰਦਾ ਅਤੇ ਇਹ ਜਿਹੜੇ ਬੀਜੇਪੀ ਦੇ ਲੀਡਰ ਇਹ ਬੜੀਆਂ ਚੀਕਾਂ ਮਾਰਦੇ ਹੈਗੇ ਨੇ, ਜਦੋਂ ਇਹਨਾਂ ਦੀਆਂ ਸਰਕਾਰਾਂ ਦੇ ਵਿੱਚ ਘਟਨਾਵਾਂ ਵਾਪਰਦੀਆਂ ਫਿਰ ਚੁੱਪ ਕਰਕੇ ਬਹਿੰਦੇ, ਕਿਉਂਕਿ ਇਹਨਾਂ ਨੂੰ ਕੁਰਸੀਆਂ ਪਿਆਰੀਆਂ ਨੇ, ਧਰਮ ਨਹੀਂ ਪਿਆਰਾ, ਕੌਮ ਨਹੀਂ ਪਿਆਰੇ, ਫਰਜ਼ ਨਹੀਂ ਪਿਆਰੇ, ਅਧਿਕਾਰ ਨਹੀਂ ਪਿਆਰੇ, ਇਹ ਹੱਕ ਨਹੀਂ ਪਿਆਰੇ ਹੈਗੇ, ਇਹਨਾਂ ਨੂੰ ਤਾਂ ਕੁਰਸੀਆਂ ਪਿਆਰੀਆਂ ਵੀ ਜੇ ਅਸੀਂ ਬੋਲੇ ਤਾਂ ਸਾਡੀ ਹਾਈਕਮਾਂਡ, ਸਾਡੇ ਜਿਹੜੇ ਆਕਾ ਨੇ ਉਹ ਨਾਰਾਜ਼ ਹੋ ਜਾਣਗੇ। ਹੁਣ ਇਹ ਐਕਸ਼ਨ ਦਾ ਰੈਕਸ਼ਨ ਹੋ ਰਿਹਾ ਜਦੋਂ ਦਾ ਕੰਗਨਾ ਰਣੌਤ ਤੋਂ ਬਾਅਦ ਘਟਨਾਵਾਂ ਵਾਪਰੀਆਂ, ਪਹਿਲਾਂ ਇੱਕ ਸਿੱਖ ਕਾਰੋਬਾਰੀ ਦਾ ਤੁਸੀਂ ਉਹ 'ਤੇ ਜਾਨਲੇਵਾ ਹਮਲਾ ਹੋਇਆ ਸਿਸ ਕੈਥਲ ਦੇ ਵਿੱਚ, ਫਿਰ ਉਸ ਤੋਂ ਬਾਅਦ ਹੁਣ ਸਿੱਖਾਂ ਦੇ ਘਰ ਢਾ ਦਿੱਤੇ ਗਏ ਨੇ, ਫਿਰ ਮਨਿਓਰਟੀ ਕਿਉਂ ਨਾ ਆਪਣੇ ਆਪ ਨੂੰ ਮਹਿਫੂਜ ਨਾ ਨਹੀਂ ਸਮਝਦੀ ਹੈਗੀ? ਹੁਣ ਪਤਾ ਸਾਡੇ ਨਾਲ ਘਟਨਾਵਾਂ ਵਾਪਰੀਆਂ, ਹਰਿਆਣੇ 'ਚ ਵਾਪਰੀਆਂ, ਯੂਪੀ ਦੇ ਵਿੱਚ ਇੱਕ ਪਾਠੀ ਦੀ ਕੁੜੀ, ਨਾਬਾਲਗ ਕੁੜੀ ਅਗਵਾ ਕੀਤੀ ਆ, ਹਾਲੇ ਤੱਕ ਯੂਪੀ ਸਰਕਾਰ ਨੇ ਕੋਈ ਦੱਸਿਆ ਨਹੀਂ ਹੈਗਾ ਨਾ, ਇਹ ਧੱਕੇ ਹੀ ਹੈ ਨਾ।
ਇਹ ਧੱਕੇ ਸਿੱਖ ਕੌਮ ਨੂੰ ਪੈ ਰਹੇ ਹੈਗੇ ਨਾ ਹੁਣ ਇਸ ਮਸਲੇ ਦੇ ਵਿੱਚ। ਜਿਹੜਾ ਸਿੱਖ ਕੌਮ ਅਕਾਲ ਤਖ਼ਤ ਸਾਹਿਬ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕੁਝ ਕਰ ਸਕਦੀ ਨਾ, ਪੰਜਾਬ ਦੇ ਵਿੱਚ ਜੇ ਕਿਸੇ ਆਪਣੀ ਗਲਤੀ ਨਾਲ, ਆਪਣੀ ਹੀ ਫਾਲਤੂ ਗੱਲਾਂ ਦੇ ਨਾਲ ਕਿਸੇ ਸ਼ਿਵ ਸੈਨਾ ਦੇ ਪੈਰ 'ਚ ਕੰਡਾ ਚੁੱਭ ਜਾਂਦਾ ਹੈਗਾ, ਸਮੁੱਚਾ ਇੰਡੀਆ ਰੋਣ ਲੱਗ ਪੈਂਦਾ ਹੈਗਾ, ਸਮੁੱਚੇ ਬੀਜੇਪੀ ਵਾਲੇ ਰੋਣ ਲੱਗ ਪੈਂਦੇ ਹੈਗੇ ਨੇ। ਅਤੇ ਜੇ ਤੁਸੀਂ ਬਾਹਰ ਯੂਪੀ 'ਚ ਵੱਸਦੇ ਸਿੱਖਾਂ ਦੀਆਂ ਕੁੜੀਆਂ ਕੱਢ ਕੇ ਲੈ ਕੇ ਜਾ ਰਹੇ ਹੋ, ਫਿਰ ਤੁਹਾਨੂੰ ਦਰਦ ਨਹੀਂ ਆਉਂਦਾ ਨਾ, ਫਿਰ ਤੁਹਾਡਾ ਦਿਲ ਨਹੀਂ ਧੜਕਦਾ ਹੈਗਾ, ਫਿਰ ਤੁਹਾਡੇ ਚੀਕਾਂ ਨਹੀਂ ਨਿਕਲਦੀਆਂ ਹੈਗੀਆਂ ਨਾ, ਫਿਰ ਤੁਹਾਨੂੰ ਸਵਾਦ ਆਉਂਦਾ ਵਾ ਨਾ। ਇਸ ਕਰਕੇ ਇਹ ਬੀਜੇਪੀ ਦੇ ਜਿਹੜੇ ਲੀਡਰਾਂ ਦਾ ਨਾ ਡਬਲ ਰੋ, ਉਹ ਕਹਿੰਦੇ ਨਾ ਦੋਗਲੇ ਚਿਹਰੇ ਨੇ, ਹੈ ਨਾ, ਡਬਲ ਸਟੈਂਡ ਨੇ। ਅਜਿਹੀ ਸਥਿਤੀ ਦੇ ਵਿੱਚ ਜਿਹੜੇ ਚੰਗੇ ਲੀਡਰ ਹੁੰਦੇ ਨਾ ਉਹ ਇੱਕ ਜੈਨੂਅਨ ਗੱਲ ਕਰਦੇ, ਉਹਨਾਂ ਤੋਂ ਆਸ ਹੁੰਦੀ ਆ, ਪਰ ਜਿਹੜੇ ਸਿਰਫ ਆਪਣੀ ਕੁਰਸੀ ਦੇਖਦੇ ਨੇ, ਆਪਣੀ ਪਾਰਟੀ ਦੇਖਦੇ ਨਾ, ਉਹ ਲੀਡਰ ਨਹੀਂ ਅਖਵਾਉਂਦੇ ਜਾਂਦੇ ਆ, ਉਹ ਅਜਿਹੇ ਲੀਡਰ ਬਣਦੇ ਵੀ ਨਹੀਂ ਹੈਗੇ। ਲੀਡਰ ਤੇ ਜਿਹੜਾ ਸਾਰੇ ਧਰਮਾਂ ਨੂੰ, ਸਾਰੇ ਵਰਨਾਂ ਨੂੰ, ਸਾਰੇ ਵਰਗਾਂ ਨੂੰ, ਸਾਰੇ ਭਾਈਚਾਰੇ ਨੂੰ ਨਾਲ ਲੈ ਕੇ ਚੱਲੇ ਨਾ, ਉਹਨੂੰ ਲੀਡਰ ਕਹਿੰਦੇ ਨੇ। ਜਿਹੜਾ ਸਿਰਫ ਪਿਕ ਐਂਡ ਚੂਜ਼ ਕਰਦਾ ਉਹਨੂੰ ਲੀਡਰ ਨਹੀਂ ਕਿਹਾ ਜਾਂਦਾ, ਉਹਨੂੰ ਸਟੇਟਸਮੈਨ ਕਿਹਾ ਜਾਂਦਾ। ਕਿਉਂ ਪੁਰਾਣੇ ਲੀਡਰ ਜਿਹੜੇ ਸਟੇਟਸਮੈਨ ਆਪਣੇ ਆਪ 'ਚ ਖਵਾਉਂਦੇ ਸੀ? ਕਿਉਂਕਿ ਸਾਰਿਆਂ ਨੂੰ ਲੈ ਕੇ ਚੱਲਦੇ ਸੀ ਨਾ। ਜਦੋਂ ਤੁਸੀਂ ਸਾਰਿਆਂ ਨੂੰ ਲੈ ਕੇ ਚੱਲਦੇ ਨੇ ਉਹ ਸਟੇਟਸਮੈਨ ਹੁੰਦੇ ਨੇ। ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਖਾਸੀਅਤ ਹੀ ਉਹ ਸਾਰਿਆਂ ਨੂੰ ਲੈ ਕੇ ਚੱਲਦੇ, ਕੈਪਟਨ ਅਮਰਿੰਦਰ ਸਿੰਘ ਦੀ ਖਾਸੀਅਤ ਉਹ ਸਾਰਿਆਂ ਨੂੰ ਲੈ ਕੇ ਚੱਲਦੇ ਨਾ। ਪਿਕ ਐਂਡ ਚੂਜ ਨਹੀਂ ਹੋ ਜਿੱਦਾਂ, ਲੀਡਰ ਦੀ ਇਹੀ ਇੱਕ ਕੁਆਲਿਟੀ ਹੁੰਦੀ ਆ। ਹੋਰ ਲੀਡਰ ਨੂੰ ਕਿਤੇ ਇਹ ਨਹੀਂ ਹੈ ਕਿ ਦੋ ਸਿਰ ਜਾਂ 11 ਸਿਰ ਲੱਗੇ ਹੈਗੇ ਨੇ ਜਾਂ 4 ਅੱਖਾਂ ਲੱਗੀਆਂ, ਨਾ, ਕੁਆਲਿਟੀ ਹੁੰਦੀ ਕਿ ਜੋ ਤੁਸੀਂ ਸਾਰਿਆਂ ਨੂੰ ਲੈ ਕੇ ਜਾਂਦੇ ਹੋ ਨਾ, ਦਿਮਾਗ ਦੇ ਸਾਰਿਆਂ, ਤੁਸੀਂ ਆਪਣਾ ਦਿਮਾਗ ਕਿਵੇਂ ਵਰਤਣਾ ਹੈਗਾ ਉਹਨੂੰ ਲੈ ਕੇ ਚੱਲਦੇ ਨੇ। ਇੱਧਰ ਹਰਿਆਣੇ ਦੇ ਵਿੱਚ ਪੰਗਾ ਪੈ ਗਿਆ, ਸਿੱਖਾਂ ਦੇ ਘਰ ਢਾ ਦਿੱਤੇ ਹੈਗੇ। ਰਾਜਸਥਾਨ ਦੇ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਨੇ ਜਸਵਿੰਦਰ ਸਿੰਘ ਟਿੰਮਾ, ਉਹਦੇ ਖਿਲਾਫ਼ ਦੇਸ਼ ਦਰੋਹ ਦਾ ਮੁਕੱਦਮਾ ਜਿੰਦਰਪਾਲ ਸਿੰਘ ਟਿੰਮਾ ਤੇ ਆਉਣ ਲੱਗਾ, ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਜਿਹੜੀਆਂ ਉਹਨਾਂ ਦਾ ਆਪਸ ਵਿੱਚ ਸੰਬੰਧ ਬਹੁਤ ਹੈ, ਕਿਉਂਕਿ ਸਾਰੀਆਂ ਹੀ ਸਿੱਖ ਭਾਈਚਾਰੇ ਨਾਲ ਸੰਬੰਧਿਤ ਨੇ, ਘੱਟ ਗਿਣਤੀ ਨਾਲ ਸੰਬੰਧਿਤ ਨੇ। ਇਹ ਕਿਤੇ ਇਹ ਤਾਂ ਨਹੀਂ ਕਿ ਦੇਸ਼ ਦੇ ਵਿੱਚ ਇੱਕ ਧਿਰ ਇੱਕ ਸਿਆਸਤ ਦਾ ਧੁਰਾ ਇਹ ਚਾਹੁੰਦਾ ਕਿ ਜਿੰਨਾ ਘੱਟ ਗਿਣਤੀਆਂ ਨੂੰ ਤੰਗ ਪਰੇਸ਼ਾਨ ਕਰੋਗੇ ਉਨਾ ਉਹ ਕਰਲਾਉਣਗੇ, ਉਨੇ ਨਾਲ ਸਾਡਾ ਜਿਹੜਾ ਬਾਕੀ ਫਿਰਕਾ ਹੈ, ਬਾਕੀ ਭਾਈਚਾਰਾ ਸਾਡੇ ਨਾਲ ਖੜੇਗਾ, ਉਹਨਾਂ ਵੱਲ ਕੋਈ ਨਹੀਂ ਵਧੇਗਾ। ਇਸੇ ਤਰ੍ਹਾਂ ਹੀ ਰਾਜਸਥਾਨ ਦੇ ਇੱਕ ਗੁਰਦੁਆਰੇ ਦੇ ਮੁੱਖ ਸੇਵਾਦਾਰ ਨੂੰ ਜਿਹੜਾ ਉਹ ਭੁਗਤਣਾ ਪਿਆ, ਇੱਕ ਪਰਚਾ ਦਰਜ ਕਰ ਦਿੱਤਾ ਗਿਆ। ਦੇਖੋ ਇਹ ਬਾਬੇ ਨਾਨਕ ਦੀ ਸੰਗਤ ਆ, ਬਾਬੇ ਨਾਨਕ ਦੀ ਸੰਗਤ ਵੱਲ, ਨਾਨਕ ਨਾਮ ਲੇਵਾ ਸੰਗਤ ਵੱਲ ਕਈਆਂ ਨੇ ਅੱਖਾਂ ਕੌੜੀਆਂ ਨੇ ਅਤੇ ਕੈੜੀਆਂ ਨੇ ਦੇਖਿਆ ਹੈਗਾ, ਪਰ ਇਸ ਕੌਮ ਨੂੰ ਤੱਤੀ ਵਾਹ ਨਹੀਂ ਲੱਗੀ ਹੈਗੀ। ਇਹ ਤਾਂ ਜਿੰਨੇ ਇਹਨਾਂ ਨੂੰ ਮਾਰਿਆ ਗਿਆ ਉਨੇ ਹੀ ਵੱਧ ਚੜ ਕੇ ਇਹਨਾਂ ਨੇ ਹਿੱਸਾ ਲਿਆ। ਉਹ ਹੈ ਨਾ, ਉਹ ਤਾਂ ਬੜਾ ਕਹਿੰਦੇ ਹੈਗੇ ਨੇ ਕਿ ਚੜ੍ਹਦਿਆਂ ਨੂੰ ਤੇਗ ਅਤੇ ਨਿਆਉਂਦਿਆਂ ਨੂੰ ਦੇਗ ਨਾ, ਉਹ ਫਲਸਫੇ 'ਤੇ ਚੱਲਣ ਵਾਲੀ ਕੌਮ ਆ। ਹੁਣ ਜਿਹੜੇ ਰਾਜਸਥਾਨ ਦੇ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਜਿਹੜੇ ਉੱਥੇ ਚੇਅਰਮੈਨ ਨੇ, ਉਹਨਾਂ ਦਾ ਕਸੂਰ ਕੀ ਆ? ਉਹਨਾਂ ਦਾ ਕੋਈ ਕਸੂਰ ਨਹੀਂ ਆ, ਲੇਕਿਨ ਰਾਜਸਥਾਨ ਦੇ ਵਿੱਚ ਸਰਕਾਰ ਕਿਹਦੀ ਆ? ਬੀਜੇਪੀ ਦੀ। ਹਰਿਆਣੇ 'ਚ ਸਰਕਾਰ ਕਿਹਦੀ ਆ? ਬੀਜੇਪੀ ਦੀ। ਯੂਪੀ 'ਚ ਸਰਕਾਰ ਕਿਹਦੀ ਆ? ਬੀਜੇਪੀ ਦੀ। ਅਤੇ ਹੁਣ ਉੱਥੋਂ ਦੀ ਰਾਜਸਥਾਨ ਦੀ ਸਰਕਾਰ ਨੇ ਉਹਨਾਂ ਦੇ ਖਿਲਾਫ਼ ਜਿਹੜਾ ਵਾ ਮੁਕੱਦਮਾ ਕੀ ਦਰਜ ਕੀਤਾ ਕਿ ਤੁਸੀਂ ਜੀ ਜਿਹੜੇ ਨੇ ਐਂਟੀ ਇੰਡੀਅਨ ਤੁਹਾਡੇ ਵਿਚਾਰ ਨੇ ਉਸ ਦੇ ਤਹਿਤ ਉਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ। ਉਹਨਾਂ ਨੇ ਸਿਰਫ ਇਹ ਟਿੱਪਣੀ ਕੀਤੀ ਸੀ ਕਿ ਜਿਹੜੇ ਲੁਧਿਆਣੇ ਦੇ ਵਿੱਚ ਸ਼ਿਵ ਸੈਨਾ ਦੇ ਲੀਡਰ ਵੱਲੋਂ ਵਿਵਾਦਿਤ ਟਿੱਪਣੀਆਂ ਕੀਤੀਆਂ ਗਈਆਂ ਕਿ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਅਤੇ ਤੁਸੀਂ ਉਹਦੀ ਦੁੱਖ ਮਨਾਉਣ ਦੀ ਜਾਂ ਲੱਡੂ ਵੰਡ ਰਹੇ ਹੋ, ਉਹਨੂੰ ਲੈ ਕੇ ਉਹਨਾਂ ਕਿਹਾ ਕਿ ਨਿਹੰਗ ਸਿੰਘਾਂ ਨੇ ਸੋਧਾ ਲਾ ਦਿੱਤਾ। ਹੁਣ ਇਹ ਵੀ ਕਹਿਣਾ ਜੁਰਮ ਹੋ ਗਿਆ ਉਹਨਾਂ ਦੇ ਸਮਝਾਉਂਦਾ ਕਿ ਭਈ ਤੁਸੀਂ ਕਿਉਂ ਅਜਿਹੀਆਂ ਗੱਲਾਂ ਕਰਦੇ ਹੋ ਜਿਹਦੇ ਨਾਲ ਭਾਈਚਾਰਕ ਸਾਂਝ ਟੁੱਟੇ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਜੇ ਤੁਸੀਂ ਆਪਣੀ ਸ਼ਬਦਾਵਲੀ ਸਹੀ ਰੱਖੋ
ਆਪਣੀ ਜ਼ਬਾਨ ਤੇ ਕੰਟਰੋਲ ਰੱਖੋ ਤੇ ਕੋਈ ਅਗਲਾ ਮੂਰਖ ਨਹੀਂ ਹੁੰਦਾ ਕਿ ਤੁਹਾਡਾ ਸਿਰ ਪਾੜ ਦੇ ਜਾਂ ਤੁਹਾਡਾ ਕਿਉਂ ਨਹੀਂ ਪਾੜਤਾ, ਉਹਨੂੰ ਕਿਉਂ ਚੁਣਿਆ ਪਹਿਲਾਂ, ਕਿਉਂ ਨਹੀਂ ਪਾੜਤਾ? ਤੁਹਾਨੂੰ ਇੱਕ ਲੈਸਨ ਦਿੱਤਾ ਗਿਆ, ਤੁਸੀਂ ਉਹਨਾਂ ਤੇ ਹੁਣ ਪਰਚਾ ਦਰਜ ਕਰ ਦਿੱਤਾ ਗਾ, ਉਹਦੇ 'ਚ ਕੇ ਜਿਹੜਾ ਉਹਦੇ 'ਚ ਹੁਣ ਸਟੇਟਮੈਂਟਾਂ ਵੀ ਆਉਣੀਆਂ ਸ਼ੁਰੂ ਹੋ ਗਿਆ। ਸੁਖਬੀਰ ਸਿੰਘ ਬਾਦਲ ਹੁਣਾਂ ਨੇ ਵੀ ਕਿਹਾ ਗਾ ਕਿ ਮੈਂ ਤਾਂ ਬੜਾ ਹੈਰਾਨ ਹਾਂ ਕਿ ਰਾਜਸਥਾਨ ਦੀ ਗੌਰਮੈਂਟ ਨੇ ਜਥੇਦਾਰ ਤਜਿੰਦਰਪਾਲ ਸਿੰਘ ਟਿੰਮਾ, ਚੇਅਰਮੈਨ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਜਸਥਾਨ ਯੂਨਿਟ, ਅਤੇ ਉਹ ਨਾਲੇ ਉਹ ਮੁੱਖ ਸੇਵਾਦਾਰ ਆ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਸ਼੍ਰੀ ਗੰਗਾਨਗਰ, ਉਹਨਾਂ ਨੂੰ ਇਹ ਕਰ ਦਿੱਤਾ ਕਿ ਤੁਸੀਂ ਐਂਟੀ ਨੈਸ਼ਨਲ ਸੈਂਟੀਮੈਂਟਸ ਸ਼ੇਅਰ ਕੀਤੇ, ਸਾਂਝੇ ਕੀਤੇ ਨੇ, ਇਸ ਕਰਕੇ ਉਹਦੇ ਖਿਲਾਫ਼ ਮੁਕੱਦਮਾ ਦਰਜ ਕਰ ਦਿੱਤਾ। ਹੈਰਾਨੀ ਦੀ ਗੱਲ ਕਿ ਉਹਨਾਂ ਦੇ ਜਿਹੜਾ ਖਿਲਾਫ਼ ਮੁਕੱਦਮਾ ਕੀ ਆ ਕਿ ਇੱਕ ਧਾਰਾ ਕੀ ਆ, ਪੁਲਿਸ ਨੇ BNS ਜਿਹੜਾ ਨਵਾਂ ਭਾਰਤੀ ਨਿਆਂ ਸੰਹਿਤਾ ਦੀ ਧਾਰਾ 152 ਅਤੇ 197(1)(c) ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ। ਇਹ ਮੁਕੱਦਮਾ ਉੱਥੇ ਪ੍ਰਾਣੀਵਾਦੀ ਜਾਂ ਪੁਲਿਸ ਸਟੇਸ਼ਨ ਉੱਥੇ ਮੁਕੱਦਮਾ ਦਰਜ ਕੀਤਾ ਗਿਆ। ਪਰਿਵਾਰਵਾਦੀ ਗੁਲਾਬੀ ਬਾਗ ਨਿਵਾਸੀ ਲਖਵਿੰਦਰ ਸਿੰਘ ਨੇ ਪਰਿਵਾਰ ਦੇ ਕੇ ਦੋਸ਼ ਲਗਾਏ ਨੇ ਕਿ ਟਿੰਮਾ ਨੇ ਗੁਰਦੁਆਰੇ ਵਿੱਚ ਇੱਕ ਬੈਠ ਕੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤੀ ਜਿਸ ਵਿੱਚ ਟਿੰਮਾ ਨੇ ਦੇਸ਼ ਵਿਰੋਧੀ ਭੜਕਾਊ ਬਿਆਨ ਦਿੱਤੇ ਨੇ ਅਤੇ ਖਾਲਸਾ ਦੀ ਮੰਗ ਕਰਨ ਵਾਲੇ ਨੂੰ ਸਮਰਥਨ ਕਰਦੇ ਹੋਏ ਦੇਸ਼ ਅਤੇ ਸਰਕਾਰ ਦੇ ਖਿਲਾਫ਼ ਲੋਕਾਂ ਨੂੰ ਭੜਕਾਉਣ ਦਾ ਕੰਮ ਕੀਤਾ। ਹੁਣ ਉਹਨਾਂ ਦੀ ਜਿਹੜੀ ਸਟੇਟਮੈਂਟ ਆ ਉਹ ਸਟੇਟਮੈਂਟ ਤਾਂ ਅਜਿਹਾ ਨਹੀਂ, ਉਹਨਾਂ ਦੇ ਸਿਰਫ਼ ਤੋਂ ਸਿਰਫ਼ ਜਿਹੜੇ ਸ਼ਿਵ ਸੈਨਾ ਦੇ ਜਿਹੜੇ ਲੁਧਿਆਣੇ 'ਤੇ ਜਿਨ੍ਹਾਂ 'ਤੇ ਜਾਨਲੇਵਾ ਹਮਲਾ ਹੋਇਆ ਸੰਦੀਪ ਥਾਪੜ, ਉਹਦੇ ਗੱਲਾਂ 'ਤੇ ਕਹਿ ਕੇ ਉਹਨੇ ਅਜਿਹੀਆਂ ਗੱਲਾਂ ਕੀਤੀਆਂ, ਫਿਰ ਨਿਹੰਗ ਸਿੰਘਾਂ ਨੇ ਉਹਨੂੰ ਰਿਐਕਸ਼ਨ ਦਿੱਤਾ। ਹੁਣ ਸਵਾਲ ਹੈ ਕਿ ਇਸ ਮਸਲੇ ਦੇ ਵਿੱਚ ਅਗਰ ਪੰਜਾਬ ਸਰਕਾਰ ਉਸੇ ਦਿਨ ਪੰਜਾਬ ਪੁਲਿਸ ਉਹਦੇ ਖਿਲਾਫ਼ ਮੁਕੱਦਮਾ ਦਰਜ ਕਰਦੀ, ਇੱਕ ਸਿੱਖ ਬੋਲਦਾ ਆਵੇ ਅਤੇ ਉਹਦੇ ਖਿਲਾਫ਼ ਮੁਕੱਦਮਾ ਦਰਜ ਹੋ ਜਾਂਦਾ, ਇੱਕ ਵਿਵਾਦਿਤ ਸ਼ਿਵ ਸੈਨਾ ਵਾਲਾ ਲੀਡਰ ਲਗਾਤਾਰ ਉਹਦੀਆਂ ਐਂਟੀ ਸਿੱਖ ਐਂਟੀ ਗੁਰੂ ਸਾਹਿਬਾਨ ਸ਼੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੀ ਖੁਸ਼ੀ ਸਾਂਝੀ ਕਰਨਾ, ਲੱਡੂ ਵੰਡਣ ਦੀਆਂ ਗੱਲਾਂ ਕਰਨੀਆਂ, ਉਹਦੇ ਖਿਲਾਫ਼ ਕੋਈ ਮੁਕੱਦਮਾ ਨਹੀਂ ਦਰਜ ਹੈਗਾ। ਫਿਰ ਜਿਹੜੀ ਮਨੋਰਟੀ ਆ ਉਹ ਕਹਿੰਦੀ ਕਿ ਦੇਸ਼ ਦੇ ਵਿੱਚ ਕਾਨੂੰਨ ਦੋ ਕਿਉਂ ਨੇ ਨਾ। ਹੁਣ ਮੰਨ ਲਓ ਅੱਜ ਸੁਖਬੀਰ ਸਿੰਘ ਬਾਦਲ ਨੇ ਗੱਲ ਕੀਤੀ ਜਾਂ ਉਹਨਾਂ ਦੇ ਪਰਮਬੰਸ ਸਿੰਘ ਬੰਟੀ ਰਮਾਣਾ ਨੇ ਗੱਲ ਕੀਤੀ ਜਾਂ ਆਪਾਂ ਕਰੇ, ਸਾਡੇ ਖਿਲਾਫ਼ ਵੀ ਫਿਰ ਪੰਜਾਬ ਪੁਲਿਸ ਜਾਂ BNS ਦੇ ਧਾਰਾ ਤਹਿਤ ਮੁਕੱਦਮਾ ਦਰਜ ਕਰਦੇ? ਮਤਲਬ ਗੱਲ ਕਰਨੀ ਵੀ ਗੁਨਾਹ ਵਾ ਔਰ ਲੋਕਾਂ ਨੂੰ ਸਮਝਾਉਣਾ ਨਹੀਂ ਹੈਗਾ। ਹੁਣ ਇਸ ਮਸਲੇ 'ਚ ਮੈਨੂੰ ਤਾਂ ਇਹ ਲੱਗਦਾ ਕਿ ਪੰਜਾਬ ਸਰਕਾਰ, ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ, ਸੂਬੇ ਦੇ DGP ਜਾਂ ਪੰਜਾਬ ਪੁਲਿਸ ਨੂੰ ਅਜਿਹੇ ਲੋਕਾਂ ਖਿਲਾਫ਼ ਮੁਕੱਦਮਾ ਦਰਜ ਕਰਨਾ ਚਾਹੀਦਾ, ਖਾਸ ਕਰਕੇ ਚਾਹੇ ਉਹ ਸ਼ਿਵ ਸੈਨਾ ਵਾਲੇ ਹੋਣ ਚਾਹੇ ਨਾ ਸ਼ਿਵ ਸੈਨਾ ਵਾਲੇ ਹੋਣ, ਜਿਹੜੇ ਵੀ ਲੋਕ ਸਮਾਜ ਦੇ ਵਿੱਚ ਇੱਕ ਦੂਜੇ ਨੂੰ ਭੜਕਾਉਣ ਦਾ ਯਤਨ ਕਰਦੇ, ਕਿਉਂਕਿ ਸ਼ੁਰੂਆਤ ਇਹਨੇ ਕੀਤੀ ਆ। ਜਦੋਂ ਤੁਸੀਂ ਸ਼ੁਰੂਆਤ ਕਰਦੇ ਉਦੋਂ ਹੀ ਉਹਨੂੰ ਨੱਪ ਲੈਣਾ ਚਾਹੀਦਾ ਹੈਗਾ। ਇੱਕ ਉੱਥੇ ਜਿਹੜਾ ਰੰਗਰੇਟਾ ਗੁਰੂ ਕਾ ਬੇਟਾ, ਕੀ ਉਹ ਡਾਕਟਰ ਦਾ ਕੀ ਨਾਮ ਸੀ, ਪਤਨ ਕਿਹੜਾ ਸੀ, ਹੈ ਨਾ, ਉਹ ਵੀ ਉਹਨੇ ਵੀ ਖਾਸ ਕਰਕੇ ਸਿੱਖਾਂ ਜਾਂ ਜੱਟਾਂ ਦੇ ਖਿਲਾਫ਼ ਬਹੁਤ ਬੋਲਦਾ, ਉਹਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ, ਉਸ ਤੋਂ ਬਾਅਦ ਉਹ ਕੁਸਕਿਆ ਨਹੀਂ। ਜਦੋਂ ਹੁਣ ਤੁਸੀਂ ਇਹਨਾਂ ਲੋਕਾਂ ਦੇ ਖਿਲਾਫ਼, ਸ਼ਿਵ ਸੈਨਾ ਹੋਵੇ ਚਾਹੇ ਕੋਈ ਵੀ ਹੋਵੇ, ਕਿਸੇ ਵੀ ਧਰਮ ਦੇ ਨਾਲ ਹੋਵੇ, ਕੋਈ ਵੀ ਭਾਵੇਂ ਜਥੇਬੰਦੀ ਆ ਭਾਵੇਂ ਦੁਕਾਨਦਾਰੀ ਚਲਾ ਰਿਹਾ ਹੈਗਾ, ਜਿਹੜਾ ਵੀ ਇੱਦਾਂ ਦਾ ਕੋਈ ਸ਼ਖਸ ਹੈ ਜਿਹੜਾ ਵੀ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰਦਾ, ਉਹਨੂੰ ਉਸ ਵੇਲੇ ਕਾਨੂੰਨ ਦੇ ਤਹਿਤ ਮੁਕੱਦਮਾ ਦਰਜ ਕਰ ਦੇਣਾ ਚਾਹੀਦਾ। ਜਦੋਂ ਤੁਸੀਂ 4-5 ਧਰਾਵਾਂ ਦੇ ਤਹਿਤ ਮੁਕੱਦਮੇ ਦਰਜ ਕੀਤੇ ਨਾ, ਤੇ ਨਾਨੀ ਚੇਤੇ ਆ ਜਾਣੀ ਹੈਗੀ ਆ, ਭੇਜੋ ਇਹਨਾਂ ਨੂੰ ਡਿਬਰੂਗੜ੍ਹ ਭੇਜੋ। ਪੰਜਾਬ ਦੇ ਵਿੱਚ ਕੋਈ ਵੀ ਬੰਦਾ, ਚਾਹੇ ਉਹ ਸਿੱਖ ਆ, ਚਾਹੇ ਉਹ ਹਿੰਦੂ ਆ, ਚਾਹੇ ਉਹ ਮੁਸਲਮਾਨ ਆ, ਚਾਹੇ ਉਹ ਇਸਾਈ ਆ,
ਜਿਹੜਾ ਵੀ ਭਾਈਚਾਰਕ ਸਾਂਝ ਨੂੰ ਤੋੜਨ ਦਾ ਯਤਨ ਕਰਦਾ ਗਾ ਉਹਦੇ ਖਿਲਾਫ਼ ਲਾਓ ਮੁਕੱਦਮਾ ਦਰਜ ਕਰੋ। ਲੋਕਾਂ ਨੂੰ ਇਹ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਕਾਨੂੰਨ ਇੱਕ ਆ, ਦੇਸ਼ ਦੇ ਵਿੱਚ ਕਾਨੂੰਨ ਇੱਕ ਆ, ਪੰਜਾਬ ਦੀ ਭਾਈਚਾਰਕ ਸਾਂਝ ਅਸੀਂ ਟੁੱਟ ਨਹੀਂ ਦੇਣੀ। ਪਰ ਜਦੋਂ ਸਾਡੇ ਵੱਡੇ ਵੱਡੇ ਲੀਡਰ, ਸਾਡੇ ਸੰਵਿਧਾਨਕ ਅਹੁਦਿਆਂ 'ਤੇ ਬੈਠੇ ਲੋਕ ਉੱਥੇ ਜਾ ਕੇ ਇਹੋ ਜਿਹੇ ਵਿਵਾਦਿਤ ਲੀਡਰਾਂ ਨੂੰ ਸ਼ਹਿ ਦਿੰਦੇ ਨੇ, ਸ਼ੈਲਟਰ ਕਰਦੇ ਨੇ, ਪੁਲਿਸ ਦੀ ਜਵਾਬ ਤਲਬੀ ਕਰਦੇ ਨੇ, ਹੱਲਾਸ਼ੇਰੀ ਦਿੰਦੇ ਨੇ, ਉਹ ਫਿਰ ਹੋਰ ਏਜੋ ਲਿਖ ਭੂਵੇ ਚੜ੍ਹਦੇ ਹੈਗੇ ਨੇ। ਇਹਨਾਂ ਨੂੰ ਹੱਲਾਸ਼ੇਰੀ ਦੇਣ ਦੀ ਲੋੜ ਦੀਆਂ ਸਟੇਟਮੈਂਟਾਂ, ਚਾਹੇ ਉਹ ਸਰਕਾਰ ਦੇ ਨਾਲ ਸੰਬੰਧਿਤ ਹੈ, ਚਾਹੇ ਓਪੋਜੀਸ਼ਨ ਪਾਰਟੀ ਦੇ ਲੀਡਰ, ਚਾਹੇ ਉਹਦੇ 'ਚ ਸੁਨੀਲ ਜਾਖੜ ਸਾਹਿਬ ਨੇ, ਚਾਹੇ ਰਵਨੀਤ ਸਿੰਘ ਬਿੱਟੂ ਨੇ, ਉਹਨਾਂ ਨੂੰ ਸਟੇਟਮੈਂਟ ਦੇਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਅਗਰ ਭਾਈਚਾਰਕ ਸਾਂਝ ਨੂੰ ਤੋੜਨ ਦਾ ਯਤਨ ਕਰੇ, ਚਾਹੇ ਉਹ ਬੀਜੇਪੀ ਦਾ ਲੀਡਰ ਹੀ ਕਿਉਂ ਨਾ ਹੋਵੇ, ਚਾਹੇ ਉਹ ਸ਼ਿਵ ਸੈਨਾ ਵਾਲਾ ਹੋਵੇ, ਚਾਹੇ ਕੋਈ ਅਕਾਲੀ ਦਲ ਦਾ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਝਾੜੂ ਵਾਲਾ, ਜਿਹੜਾ ਵੀ ਭਾਈਚਾਰਕ ਸਾਂਝ ਤੋੜਨ ਦੀ ਯਤਨ, ਉਹਦੇ ਖਿਲਾਫ਼ ਮੁਕੱਦਮਾ ਦਰਜ ਹੋਣਾ ਚਾਹੀਦਾ। ਜਾਖੜ ਸਾਹਿਬ ਦੀ ਇਹ ਸਟੇਟਮੈਂਟ ਆਉਣੀ ਚਾਹੀਦੀ, ਸੰਦੀਪ ਥਾਪੜ ਨੇ ਕਾਨੂੰਨ ਤੋੜਿਆ, ਭਾਈਚਾਰਕ ਸਾਂਝ ਤੋੜਨ ਦੀ ਯਤਨ ਕੀਤੀ ਹੈ। ਬਿੱਟੂ ਸਾਹਿਬ ਨੂੰ ਵੀ ਚਾਹੀਦਾ ਗਾ, ਸਿਰਫ ਹਿੰਦੂਆਂ ਨੂੰ ਧਿਆਨ ਵਿੱਚ ਰੱਖ ਕੇ ਅਗਰ ਤੁਸੀਂ ਸਿਆਸਤ ਕਰੋਗੇ ਨਾ, ਫਿਰ ਪੰਜਾਬ 'ਚ ਤੁਹਾਡੇ ਪੈਰ ਨਹੀਂ ਲੱਗਣੇ ਹੈਗੇ। ਔਰ ਖਾਸ ਕਰਕੇ ਤੁਸੀਂ ਚੰਗੇ ਹਿੰਦੂਆਂ ਦੇ ਨਾਲ ਮਦਦ ਕਰੋ ਨਾ, ਤੁਸੀਂ ਤਾਂ ਵਿਵਾਦਿਤ ਹਿੰਦੂਆਂ ਦੀ ਬਾਂਹ ਫੜ ਰਹੇ ਹੋ। ਪੰਜਾਬ ਦੇ ਵਿੱਚ ਜਿੰਨਾ ਹਿੰਦੂ ਭਾਈਚਾਰਾ ਖੁਸ਼ ਆ, 3-4 ਸ਼ਿਵ ਸੈਨਾ ਦੇ ਲੀਡਰਾਂ ਨੂੰ ਛੱਡ ਕੇ, ਬਾਕੀ ਭਾਈਚਾਰਾ ਤਾਂ ਪੰਜਾਬ ਦਾ ਪੰਜਾਬੀ ਭਾਈਚਾਰਾ, ਉਹ ਆਪਣੇ ਆਪ ਨੂੰ ਪੰਜਾਬੀ ਭਾਈਚਾਰਾ ਕਹਿੰਦੇ ਨੇ, ਪੰਜਾਬੀਅਤ ਦੀ ਗੱਲ ਕਰਦੇ ਨੇ, ਇਹ ਇੱਕ ਦੁੱਖ ਜਾ ਇੱਕਾ ਦੁੱਕਾ ਜਿਹੜੇ ਲੀਡਰ ਜਿਹਨਾਂ ਦੀਆਂ ਦੁਕਾਨਾਂ ਚੱਲਦੀਆਂ ਨੇ, ਉਹ ਸਿਰਫ ਤਾਂ ਸਿਰਫ ਭਾਈਚਾਰਕ ਸਾਂਝ ਤੋੜਨ ਦੇ ਯਤਨ 'ਚ ਆਪਣੀਆਂ ਦੁਕਾਨਾਂ ਚਲਾਉਂਦੇ ਨੇ, ਅਤੇ ਦੁਕਾਨਾਂ ਤਾਂ ਚੱਲਦੀਆਂ ਕਿ ਜਦੋਂ ਬੀਜੇਪੀ ਦੇ ਵੱਡੇ ਵੱਡੇ ਲੀਡਰ ਜਾ ਕੇ ਹੋਸਪਿਟਲਾਂ 'ਚ ਉਹਨਾਂ ਦਾ ਪਤਾ ਲੈਣ ਜਾਂਦੇ ਹੈਗੇ ਨੇ, ਕਿ ਉਸ ਤੋਂ ਪਹਿਲਾਂ ਇਹਨਾਂ ਨੂੰ ਚੇਤਾ ਨਹੀਂ ਹੈਗਾ ਸੀ ਉਹ ਬੰਦੇ ਨੇ ਸਟੇਟਮੈਂਟ ਕਿਹੜੀ ਦਿੱਤੀ ਆ। ਤੁਸੀਂ ਗਲਤ ਬੰਦਿਆਂ ਦਾ ਸਾਥ ਦੇ ਰਹੇ ਹੋ, ਇਹੋ ਜਿਹੇ ਗਲਤ ਬੰਦਿਆਂ ਦਾ ਸਾਥ ਦੇਣ ਦੀ ਕੀ ਲੋੜ ਆ? ਔਰ ਮੈਨੂੰ ਤਾਂ ਹੈਰਾਨੀ ਹੁੰਦੀ ਆ, ਪੁਲਿਸ ਵਾਲੇ ਵੀ ਜਾ ਕੇ ਉਹਨਾਂ ਨੂੰ ਬੁਲਟ ਪਰੂਫ ਜੈਕਟਾਂ ਦਿੰਦੇ, ਉਹਨੂੰ ਲੋੜ ਕੀ ਆ? ਬੁਲਟ ਪਰੂਫ ਜੈਕਟਾਂ ਦਿਓ ਜਿਹੜੇ ਮੁੰਡੇ ਗੈਂਗਸਟਰਾਂ ਦੇ ਖਿਲਾਫ਼ ਮੁਕਾਬਲੇ ਕਰਦੇ ਨੇ, ਜਾਂ ਜਿਹੜੇ ਸਾਡੇ ਬਾਰਡਰ 'ਤੇ, ਉਹਨਾਂ ਨੂੰ ਬੁਲਟ ਪਰੂਫ ਜੈਕਟਾਂ ਦਿਓ ਨਾ, ਜਿਹੜੇ ਸਾਡੇ ਸਮਾਜ ਦੀ ਅਤੇ ਦੇਸ਼ ਦੀ ਰੱਖਿਆ ਕਰਦੇ ਨੇ, ਅਤੇ ਜਿਹੜੇ ਦੇਸ਼ ਨੂੰ ਅਤੇ ਸਮਾਜ ਨੂੰ ਤੋੜਨ ਵਾਲੇ ਇਹ ਜਥੇਬੰਦੀਆਂ ਨੇ, ਸ਼ਿਵ ਸੈਨਾ ਵਰਗੀਆਂ ਜਾਂ ਹੋਰ ਗਰਮ ਖਿਆਲੀ ਜਿਹੜੀਆਂ ਧਿਰਾਂ ਨੇ, ਤੁਸੀਂ ਉਹਨਾਂ ਨੂੰ ਬੁਲਟ ਪਰੂਫ ਕਾਹਦੀਆਂ ਜੈਕਟਾਂ ਦਿੰਦੇ ਨੇ? ਜਿਨ੍ਹਾਂ ਦੇ ਸਿਰ ਥਾਣੇ ਨਹੀਂ ਲੰਘਦੀ ਹੈਗੀ ਅਤੇ ਜਿਨ੍ਹਾਂ ਦੇ ਛਾਤੀ 'ਤੇ ਨਹੀਂ ਲੜਦੀ, ਹੈ ਨਾ, ਇਹ 15-16 ਕਿਲੋ ਦੀ ਬੁਲਟ ਪਰੂਫ ਜੈਕਟ ਕਿੱਥੇ ਲਈ ਫਿਰਨਗੇ? ਇਹ ਪਖੰਡ ਪੁਲਿਸ ਵੀ ਇਹਨਾਂ ਲੋਕਾਂ ਨੂੰ ਹੱਲਾਸ਼ੇਰੀ ਦਿੰਦੀ ਹੈ। ਇਹਨਾਂ ਦੇ ਖਿਲਾਫ਼ ਮੈਨੂੰ ਲੱਗਦਾ ਕਿ ਪੰਜਾਬ ਪੁਲਿਸ ਨੂੰ ਨੋਟਿਸ ਲੈਣਾ ਚਾਹੀਦਾ, ਜੇ ਰਾਜਸਥਾਨ ਪੁਲਿਸ ਇੱਕ ਉਹ ਜਥੇਦਾਰ ਟਿੰਮੇ ਹੋਣਾ ਦੇ ਖਿਲਾਫ਼ ਮੁਕੱਦਮਾ, ਜਾਂ ਪੰਜਾਬ ਪੁਲਿਸ ਵੀ ਇਹੋ ਲੋਕਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰੇ ਨਾ, ਕਿ ਭਾਈ ਤੇਰੀ ਹਿੰਮਤ ਕਿਵੇਂ ਪੈ ਗਈ ਹੈਗੀ ਨਾ, ਤੁਸੀਂ ਅਗਰ ਸਿੱਖਾਂ ਨੂੰ ਭੜਕਾਇਆ ਨਾ। ਦਰਬਾਰ ਸਾਹਿਬ ਦੇ ਵਿੱਚ ਸਿਰਫ ਸਿੱਖਾਂ ਦੀ ਤਾਂ ਨਹੀਂ ਆਸਥਾ ਹੈਗੀ, ਪੂਰੀ ਦੁਨੀਆ ਦੀ ਆਸਥਾ। ਅਤੇ ਜੇ ਇੱਦਾਂ ਦੇ ਲੋਕ ਜਿਹੜੀਆਂ ਆਪਣੀਆਂ ਦੁਕਾਨਾਂ ਚਲਾਉਂਦੇ ਨੇ, ਜੇ ਕਿਉਂਕਿ ਹਰ ਸਾਲ ਅਸੀਂ ਉਹ ਬਰਸੀ ਮਨਾਉਂਦੇ ਨੇ, ਕਿਉਂਕਿ ਉਹ ਭਾਰਤ 'ਤੇ ਇੱਕ ਧੱਬਾ, ਭਾਰਤ ਦੀ ਕੋਈ ਵੀ ਹਕੂਮਤ ਆਵੇ ਉਹ ਧੱਬਾ ਹੀ ਰਹਿਣਾ ਗਾ, ਭਾਰਤ 'ਤੇ ਧੱਬਾ ਵਾ। ਜੇ ਭਾਰਤ ਦੇ ਧੱਬੇ ਨੂੰ ਲੋਕ ਕਹਿੰਦੇ ਕਿ ਉਹ ਮਾੜਾ ਹੋਇਆ, ਪੂਰੀ ਦੁਨੀਆ ਕਹਿੰਦੇ ਹੈਗੇ ਨੇ ਕਿ ਦਰਬਾਰ ਸਾਹਿਬ 'ਤੇ ਹਮਲਾ ਨਹੀਂ ਹੋਣਾ ਚਾਹੀਦਾ ਸੀ, ਬਲੂ ਸਟਾਰ ਨਹੀਂ ਹੋਣਾ ਚਾਹੀਦਾ, ਤੁਸੀਂ ਦਰਬਾਰ ਸਾਹਿਬ ਟੈਂਕ ਚੜ੍ਹਾਏ, ਬੇਕਸੂਰ ਬੰਦੇ ਮਾਰੇ ਗਏ, ਹਾਂ ਠੀਕ ਕੋਈ ਕਸੂਰਵਾਰ ਵੀ ਹੋਊਗਾ ਉਹ ਵੀ ਮਾਰੇ ਗਏ ਨੇ, ਪਰ ਦਰਬਾਰ ਸਾਹਿਬ 'ਤੇ ਨਹੀਂ ਨਾ ਅਟੈਕ ਹੋਣਾ ਚਾਹੀਦਾ ਹੈਗਾ, ਅਕਾਲ ਤਖ਼ਤ ਨਹੀਂ ਨਾ ਢੱਠਣਾ ਚਾਹੀਦਾ। ਇਹ ਤਾਂ ਮੁਗਲਾਂ ਵੇਲੇ ਢੱਠੇ ਨਾ, ਮੁਗਲੇ ਵਾਲੇ ਹਮਲੇ ਹੋਏ, ਅਤੇ ਸਾਡੇ ਲੋਕਾਂ ਵੱਲੋਂ ਸਾਡੇ ਦੁਆਰਾ ਸਰਕਾਰ ਚੁਣੀ ਗਈ ਹੋਵੇ ਉਹ ਹਮਲਾ ਕਰੇ, ਅਤੇ ਤੁਸੀਂ ਉਦਣ ਕਹੋ ਅਸੀਂ ਲੱਡੂ ਵੰਡਣੇ ਹੈਗੇ ਨੇ।
ਕਈ ਘਟਨਾਵਾਂ ਦਾ ਜਿਵੇਂ ਆਪਾਂ ਜ਼ਿਕਰ ਕਰ ਰਹੇ ਹਾਂ ਪਹਿਲਾਂ ਵੀ ਬੜੀਆਂ ਹੋਈਆਂ, ਫਿਰ ਇੱਕ ਸੈਕਸ਼ਨ ਨੂੰ ਮੌਕਾ ਮਿਲ ਜਾਂਦਾ ਇਹ ਦਲੀਲ ਦੇਣ ਦਾ ਕਿ ਭਾਰਤ ਸਰਕਾਰ, ਭਾਰਤੀ ਹਕੂਮਤ ਸਾਡੇ ਨਾਲ ਵਿਤਕਰਾ ਹੀ ਇੰਨਾ ਕਰਦੀ ਹੈ, ਸਾਨੂੰ ਕੋਹ ਕੋਹ ਕੇ ਇਸ ਤਰ੍ਹਾਂ ਨਿਸ਼ਾਨੇ 'ਤੇ ਲਿਆ ਜਾਂਦਾ ਹੈ, ਫਿਰ ਅਸੀਂ ਵੱਖਰੀ ਗੱਲ ਕਿਉਂ ਨਾ ਕਰੀਏ? ਜੇ ਵੱਖਰੀ ਗੱਲ ਕਰਦੇ ਹਾਂ ਤਾਂ ਕਹਿੰਦੇ ਦੇਸ਼ ਦਾ ਕਾਨੂੰਨ ਟੁੱਟ ਰਿਹਾ। ਫਿਰ ਇੱਕ ਸੈਕਸ਼ਨ ਇਹ ਵੀ ਕਹਿੰਦਾ, ਇਹ ਵੀ ਕਰਵਾਉਂਦਾ ਕਿ ਅਸੀਂ ਫਿਰ ਤਾਂ ਇਹ ਗੱਲਾਂ ਕਰਦੇ ਹਾਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਪਹਿਲਾਂ, ਪਰ ਸਾਨੂੰ ਮਜਬੂਰ ਕੀਤਾ ਜਾਂਦਾ ਵੱਖਰੀਆਂ ਗੱਲਾਂ ਕਰਨ ਲਈ। ਦੇਖੋ ਉਹ ਤਾਂ ਚਾਹੁਣਗੇ, ਉਹ ਤਾਂ ਭੜਕਾਉਣਗੇ ਨਾ ਜੀ। ਹੁਣ ਅੱਜ ਵੀ ਇੱਕ ਵਾਇਰਲ ਹੋ ਰਹੀ ਟਵਿੱਟਰ 'ਤੇ, ਉਹਨੇ ਜਿਹੜੇ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਹੁਣ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣੀ, ਉਹਨਾਂ ਦੀ ਸਟੇਟਮੈਂਟ ਆਈ ਹੈ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਜਦੋਂ ਆ 543 ਨਵੇਂ ਮੈਂਬਰਾਂ ਨੇ ਸਹੁੰ ਚੁੱਕੀ ਆ, ਬੀਜੇਪੀ ਦੇ ਲੀਡਰਾਂ ਨੇ ਹਿੰਦੂ ਰਾਸ਼ਟਰ ਦੇ ਨਾਅਰੇ ਲਾਏ ਨੇ, ਉਹ ਕਹਿੰਦੇ ਜੇ ਇੰਡੀਆ ਦੇ ਵਿੱਚ ਹਿੰਦੂ ਰਾਸ਼ਟਰ ਦੇ ਨਾਅਰੇ ਲਾਏ ਜਾਂਦੇ ਤਾਂ ਲੋਕ ਸ਼ਾਬਾਸ਼ ਦਿੰਦੇ ਹੈਗੇ ਨੇ, ਅਤੇ ਜੇ ਕੋਈ ਸਿੱਖ ਰਾਸ਼ਟਰ ਦੀ ਗੱਲ ਕਰਦਾ ਤਾਂ ਉਹ ਦੇਸ਼ ਵਿਰੋਧੀ ਹੋ ਗਿਆ, ਉਹਦੇ ਖਿਲਾਫ਼ ਤੁਸੀਂ NSA ਲਗਾਉਂਦੇ ਹੈਗੇ ਨਾ। ਇਸੇ ਕਰਕੇ ਇੱਕ ਉਹ ਵੀ ਕਹਿੰਦਾ, ਮੈਂ ਕਹਿ ਰਿਹਾ ਕਿ ਇਹ ਮਜਬੂਰ ਕਿਉਂ ਕੀਤਾ ਜਾ ਰਿਹਾ ਨਾ ਮਨਿਓਰਟੀ ਨੂੰ, ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈਗਾ, ਖਾਸ ਕਰਕੇ ਕੋਈ ਭਾਰਤ ਸਰਕਾਰ ਦੀ ਗਵਾਹੀ ਕੌਣ ਕਰ ਰਹੀ ਹੈ, 80% ਸਾਡੀ ਮਜੋਰਟੀ, ਮਜੋਰਟੀ ਕਿਹੜੀ ਆ? ਹਿੰਦੂ ਭਾਈਚਾਰਾ। ਹਿੰਦੂ ਭਾਈਚਾਰਾ ਨੇ ਕਦੀ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਮੁਸਲਮਾਨ ਇੱਥੇ ਜਿਹੜਾ ਵਾ ਉਹ ਖੁਸ਼ ਆ, ਸਿੱਖ ਖੁਸ਼ ਆ, ਕਿ ਉਹਨਾਂ ਨੂੰ ਉਹੀ ਰਿਸਪੈਕਟ ਆ ਜੋ ਹਿੰਦੂ ਭਾਈਚਾਰੇ ਨੂੰ ਮਿਲ ਰਹੀ ਆ? ਕਿਉਂਕਿ ਜਦੋਂ ਤੁਸੀਂ ਇੱਦਾਂ ਦੀਆਂ ਟਿੱਪਣੀਆਂ ਕਰੋਗੇ ਵੀ ਹਿੰਦੂ ਰਾਸ਼ਟਰ ਬਣਨਾ ਚਾਹੀਦਾ ਹੈਗਾ, ਹਿੰਦੂ ਰਾਸ਼ਟਰ ਦੀ ਜੈ ਅਸੀਂ ਪਾਰਲੀਮੈਂਟ ਦੇ ਵਿੱਚ ਨਾਅਰੇ ਲਾਓਗੇ, ਅਤੇ ਕੱਲ੍ਹ ਨੂੰ ਉਹ ਕੋਈ ਉੱਥੇ ਹੋਰ ਕੋਈ ਨਾਅਰਾ ਲਾ ਗਿਆ, ਹੋਰ ਧਰਮ ਦੇ ਨਾਮ 'ਤੇ ਨਾਅਰਾ ਲਾ ਗਿਆ, ਹੋਰ ਕੋਈ ਰਾਸ਼ਟਰ ਬਣਾਉਣ ਦੀ ਗੱਲ ਕਰ ਗਿਆ, ਅਤੇ ਫਿਰ ਤੁਸੀਂ ਕਹੋਗੇ ਕਿ ਨਹੀਂ ਇਹ ਦੇਸ਼ ਟੁੱਟਦਾ ਹੈਗਾ, ਦੇਸ਼ ਦੀ ਏਕਤਾ ਦੀ ਖੰਡਤਾ ਖਤਰੇ 'ਚ ਆ। ਉਹਨੇ ਜਿਹੜਾ AIMIM ਦਾ ਜਿਹੜਾ ਓਵੈਸੀ ਆ, ਓਵੈਸੀ ਨੇ ਫਿਲਿਪਸ ਦੀ ਗੱਲ ਦੀ ਕਰ ਲਈ, ਕਹਿੰਦੇ ਕਿ ਇੱਦਾਂ ਦਾ ਕਿਵੇਂ ਹੋ ਸਕਦਾ ਨਾ, ਮਤਲਬ ਤੁਸੀਂ ਭੜਕਾਉਂਦੇ ਹੋ ਨਾ, ਮਜੋਰਟੀ ਭੜਕਾ ਰਹੀ ਹੈ, ਮਜੋਰਟੀ ਨੂੰ ਤਾਂ ਮਨਿਓਰਟੀ ਨਾਲ ਲੈ ਕੇ ਚੱਲਣੀ ਚਾਹੀਦੀ ਹੈਗੀ ਨਾ ਜੀ, ਪਰ ਨਹੀਂ, ਮਨਿਓਰਟੀ ਨੂੰ ਇਹ ਅਹਿਸਾਸ ਕਰਵਾਇਆ ਜਾ ਰਿਹਾ ਹੈਗਾ ਵੀ ਪਹਿਲੀ ਗੱਲ ਇਹ ਭਾਰਤ ਕਿੱਡਾ ਵਧੀਆ ਹੈਗਾ, ਇਹ ਇੰਡੀਆ ਕਿੱਡਾ ਵਧੀਆ ਹੈਗਾ, ਅਤੇ ਹਿੰਦੂ ਰਾਸ਼ਟਰ 'ਤੇ ਆਪਣੇ ਆਪ 'ਚ ਜਦੋਂ 80% ਹਿੰਦੂ ਭਾਈਚਾਰਾ ਡੋਮੀਨੇਟ ਆ, ਕਿਸੇ ਵੀ ਸੂਬੇ ਦਾ DGP ਦੇਖ ਲਓ ਹਿੰਦੂ ਆ, ਕਿਸੇ ਵੀ ਸੂਬੇ ਦਾ ਮੁੱਖ ਸਕੱਤਰ ਦੇਖ ਲਓ ਹਿੰਦੂ ਆ, ਹੋਮ ਸੈਕਟਰੀ ਹਿੰਦੂ ਆ, ਕੈਬਨਿਟ ਸੈਕਟਰੀ ਹਿੰਦੂ ਆ, 60 ਦੇ ਕਰੀਬ ਮੰਤਰੀ ਆ, 60 'ਚੋਂ 100% ਮਿਨਿਸਟਰ ਜਿਹੜੇ ਨੇ ਹਿੰਦੂ ਨੇ, ਪ੍ਰਾਈਮ ਮਿਨਿਸਟਰ ਹਿੰਦੂ ਨੇ, ਰਾਸ਼ਟਰਪਤੀ ਹਿੰਦੂ ਨੇ, ਹੋਰ ਕੀ ਚਾਹੀਦਾ, ਹਿੰਦੂ ਰਾਸ਼ਟਰ ਹੀ ਆ। ਈਵਨ ਕਿ ਪੰਜਾਬ ਸੂਬੇ ਦੇ ਵਿੱਚ ਉੱਚ ਅਹੁਦਿਆਂ ਦੇ ਉੱਤੇ ਕੌਣ ਬੈਠਾ? ਸਾਰੇ ਭਾਈਚਾਰਿਆਂ ਦੇ ਲੋਕ ਬੈਠੇ ਆ, ਚਾਹੇ ਅਫਸਰਸ਼ਾਹੀ ਸਿਵਲ 'ਚ ਹੈ, ਚਾਹੇ ਪੁਲਿਸ 100%। ਪੰਜਾਬ ਸਿੱਖ ਨੇ ਤਾਂ ਨਹੀਂ ਕਦੇ ਕਿਹਾ ਕਿ ਪੰਜਾਬ ਦੇ ਵਿੱਚ ਚੀਫ ਸੈਕਟਰੀ ਸਿੱਖ ਹੋਣਾ ਚਾਹੀਦਾ, ਪੰਜਾਬ ਦੇ ਵਿੱਚ DGP ਸਿੱਖ ਹੋਣਾ ਚਾਹੀਦਾ, ਜਾਂ ਪੰਜਾਬ ਦੇ ਵਿੱਚ ਹੋਰ ਅਫਸਰ ਸਿੱਖ ਹੋਣੇ ਚਾਹੀਦੇ, ਮਤਲਬ ਇਹ ਇਹ ਪੰਜਾਬ ਦੇ। ਇਸੇ ਕਰਕੇ ਪੰਜਾਬ 'ਚ ਕਹਿੰਦਾ ਕਿ ਸਰਬੱਤ ਦੇ ਭਲੇ ਦੀ ਅਰਦਾਸ ਅਸੀਂ ਸਵੇਰ ਤੋਂ ਲੱਗ ਕੇ ਸ਼ਾਮ ਦੀ ਗੱਲ ਕਰਦੇ, ਕਿਉਂਕਿ ਸਿੱਖ ਧਰਮ ਦੇ ਵਿੱਚ ਤਾਂ ਇੱਦਾਂ ਦੀ ਕੋਈ ਹੈ ਨਹੀਂ, ਜਾਤ ਪਾਤ ਧਰਮ ਦੀ ਤਾਂ ਗੱਲ ਹੈ ਨਹੀਂ ਆ, ਪਰ ਫਿਰ ਵੀ ਅਗਰ ਮਜੋਰਟੀ ਜਦੋਂ ਅਗਰ ਪਾਰਲੀਮੈਂਟ ਜਿੱਤਾਂ ਜੋ ਟਵੀਟ ਚੱਲ ਰਿਹਾ ਗਿਆਨੀ ਹਰਪ੍ਰੀਤ ਸਿੰਘ ਹੋਣਾ, ਵੀ ਇੱਕ MP ਔਰ ਕਿਸੇ ਨੇ ਖੰਡਨ ਨਹੀਂ ਕੀਤਾ ਹੈਗਾ ਕਿ ਨਹੀਂ ਜੀ ਭਾਰਤੀ ਆ, ਇਹ ਸਾਰਿਆਂ ਦਾ ਵਾ, ਇਹ ਇਹ ਸਿੱਖਾਂ ਦਾ ਵੀ ਆ, ਇਹ ਹਿੰਦੂਆਂ ਦਾ ਵੀ, ਇਹ ਇਸਾਈਆਂ ਦਾ ਵੀ ਆ, ਇਹ ਬੋਧੀਆਂ ਦਾ ਵੀ, ਜੈਨੀਆਂ ਦਾ। ਹੁਣ ਜਿਹੜੇ ਅੱਜ ਹਿੰਦੂ ਰਾਸ਼ਟਰ ਬਣਾਉਣ ਦੀਆਂ ਪਾਰਲੀਮੈਂਟ ਦੇ ਵਿੱਚ ਗੱਲਾਂ ਕਰਦੇ ਨੇ ਜਾਂ RSS ਵਾਲੇ ਗੱਲਾਂ ਕਹਿੰਦੇ, ਉਹ ਦੱਸਣ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਵਾਲੀਆਂ ਤੁਹਾਡੀਆਂ ਕੁਰਬਾਨੀਆਂ ਕਿੰਨੀਆਂ ਅਤੇ ਸਿੱਖਾਂ ਦੀਆਂ ਕਿੰਨੀਆਂ ਕੁਰਬਾਨੀਆਂ ਨੇ, ਤੁਹਾਡਿਆਂ 'ਚੋਂ ਕਿੰਨਿਆਂ ਨੇ ਹੱਸ ਹੱਸ ਕੇ ਫਾਂਸੀ ਦੇ ਰੱਸੇ ਚੁੰਮੇ ਨੇ, ਅਤੇ ਸਿੱਖਾਂ ਨੇ ਕਿੰਨੇ ਹੱਸ ਹੱਸ ਕੇ ਫਾਂਸੀ ਦੇ ਰੱਸੇ ਚੁੰਮੇ ਨੇ, ਅਤੇ ਕਿੰਨੇ ਤੁਹਾਡਿਆਂ 'ਚੋਂ ਅੰਗਰੇਜ਼ਾਂ ਤੋਂ ਮਾਫ਼ੀ ਮੰਗੀਆਂ ਨੇ, ਅਤੇ ਸਾਡੇ ਵਾਲਿਆਂ ਨੇ ਕਿੰਨੀਆਂ ਕੀ ਮੰਗੀਆਂ ਪਤਾ ਲੱਗ ਜਾਣਾ, ਕਿੰਨਾ ਜਾ ਕੇ 13 April 1919 ਦਾ ਬਦਲਾ ਜਾ ਕੇ ਉੱਥੇ ਲਿਆ ਹੈਗਾ ਇੰਗਲੈਂਡ ਜਾ ਕੇ, ਅਤੇ ਤੁਹਾਡਿਆਂ ਨੂੰ ਕਿੰਨੇ ਕੀ ਨਾ ਲੈ ਲੇ।
ਹੈ ਨਾ। ਅਤੇ ਇਸ ਕਰਕੇ ਇਹ ਜਿਹੜਾ ਅਗਰ ਬੀਜੇਪੀ ਅਗਰ ਇੱਦਾਂ ਦੀ ਲਾਈਨ ਲੈ ਕੇ ਚੱਲ ਰਹੀ ਉਹ ਬਹੁਤ ਹੀ ਖਤਰਨਾਕ ਆ। ਪਰ ਇਹ ਜਿਹੜੀਆਂ ਪੰਜਾਬ ਦੇ ਵਿੱਚ ਘਟਨਾਵਾਂ, ਸ਼ਿਵ ਸੈਨਾ ਵਾਲਿਆਂ ਨੂੰ ਆਪਣੇ ਆਪ 'ਤੇ ਕੰਟਰੋਲ ਕਰਨਾ ਚਾਹੀਦਾ ਕਿ ਤੁਸੀਂ ਆਪਣੀਆਂ ਯਾਰ ਦੁਕਾਨਾਂ 'ਚੋਂ, ਤੁਸੀਂ ਯਾਰ ਪੰਜਾਬੀ ਹੋ, ਪੰਜਾਬ 'ਚ ਰਹਿਣਾ ਹੈਗਾ, ਤੁਹਾਨੂੰ ਕਿੰਨਾ ਕੀ ਖਤਰਾ ਹੈਗਾ, ਐਵੇਂ ਝੂਠੀਆਂ ਗੱਲਾਂ ਨਾ ਕਰੋ, ਭਾਈਚਾਰਕ ਸਾਂਝ ਨਾ ਤੋੜੋ। ਪੰਜਾਬ ਦੇ ਵਿੱਚ ਜਿੰਨੀ ਹਿੰਦੂ ਸਿੱਖ ਦੀ ਅਤੇ ਮੁਸਲਮਾਨ ਦੀ ਸਾਂਝ ਉਹਨੀ ਕਿਤੇ ਵੀ ਨਹੀਂ ਹੈਗੀ। ਅਤੇ ਇਸ ਕਰਕੇ ਅਜਿਹੀਆਂ ਹਰਕਤ ਨਾ ਕਰੋ ਯਾਰ, ਤੁਸੀਂ ਨਾ ਕਰੋ। ਪੰਜਾਬ ਦਾ ਵਿੱਚ ਹਿੰਦੂ ਵੀ ਬਹੁਤ ਸੇਫ ਆ, ਸਿੱਖ ਵੀ ਬਹੁਤ ਸੇਫ ਆ, ਕਿਉਂਕਿ ਜਿਹੜਾ ਹਿੰਦੂਆਂ ਦੀ ਰੱਖਿਆ ਕਰਨ ਦੇ ਵਿੱਚ ਸਿੱਖਾਂ ਨੇ ਸਿੱਖਾਂ ਦੇ ਕਤਲ ਹੀ ਕਰਵਾਏ ਆ, ਉਹ ਚਾਹੇ ਪੁਲਿਸ ਨੇ ਕਿ ਵੱਲੋਂ ਹੋਏ ਜਾਂ ਦੂਜੇ ਪਾਸਿਓਂ ਹੋਏ ਨੇ। ਇਸ ਕਰਕੇ ਤੁਸੀਂ ਇਹ ਪੰਜਾਬ ਦੇ ਵਿੱਚ ਇਹ ਵੀ ਇੱਕ ਗਲਤ ਜਿਹੜਾ ਨਾ ਇੱਕ ਕਹਾਣੀ ਜੀ ਘੜੀ ਗਈ ਕਿ 35,000 ਹਿੰਦੂ ਮਾਰੇ ਗਏ ਨੇ ਜਦੋਂ ਪੰਜਾਬ 'ਚ ਅੱਤਵਾਦ ਸੀ। 35,000 ਹਿੰਦੂ ਨਹੀਂ ਮਰਿਆ ਹੈਗਾ, ਉਹਨਾਂ ਦੀ ਪੰਜਾਬ ਦੇ ਮੁੱਖ ਸਕੱਤਰ ਰਿਟਾਇਰ ਹੋਏ ਨੇ ਰਮੇਸ਼ ਇੰਦਰ ਸਿੰਘ ਹੋਣੀ, ਉਹਨਾਂ ਦੀ ਕਿਤਾਬ ਆਈ ਆ, ਉਸ ਕਿਤਾਬ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਇਹ ਪੂਰੀ ਇਸ ਜਿਹੜਾ ਪੀਰੀਅਡ ਰਿਹਾ 60% ਜਿਹੜਾ ਵਾ ਸਿੱਖ ਮਰਿਆ ਹੈਗਾ ਅਤੇ 40% ਹਿੰਦੂ। ਆਪਾਂ ਐਵੇਂ ਨਹੀਂ ਝੂਠ ਬੋਲੇ ਕਿ 35,000 ਹਿੰਦੂ ਨਹੀਂ ਮਰਿਆ, 35,000 ਤਾਂ ਕੁੱਲ ਮਰੇ ਹੋਣਗੇ, ਉਹਦੇ 'ਚ ਇੰਨਾ ਨਹੀਂ ਹੈਗਾ। ਇਸ ਕਰਕੇ ਪੰਜਾਬ ਦਾ ਹਿੰਦੂ ਜਿੰਨਾ ਸੇਫ ਆ ਉਨਾ ਕੋਈ ਵੀ ਸੇਫ ਨਹੀਂ ਹੈਗਾ। ਪੰਜਾਬ 'ਚ ਹਿੰਦੂ ਵੀ ਸੇਫ ਆ, ਸਿੱਖ ਵੀ ਸੇਫ ਆ, ਮੁਸਲਮਾਨ ਵੀ ਸੇਫ ਆ, ਈਸਾਈ ਵੀ ਸੇਫ ਆ। ਬਾਕੀ ਸੂਬਿਆਂ ਦੇ ਹਾਲਾਤ ਦੇਖੋ ਨਾ ਕਿੰਨੇ ਮਾੜੇ ਹੈਗੇ ਨੇ, ਉਹ ਕਿੰਨਾ ਕੁਛ ਹੋ ਰਿਹਾ ਮਨਿਓਰਟੀ ਦੇ ਨਾਲ, ਇੱਥੇ ਤਾਂ ਕੁਛ ਵੀ ਨਹੀਂ ਹੈ। ਅਤੇ ਜੇ ਸਥਿਤੀ 'ਚ ਪੰਜਾਬ ਦੇ ਬੀਜੇਪੀ ਨੂੰ ਚਾਹੀਦਾ ਹੈਗਾ ਕਿ ਇਹੋ ਜਿਹੇ ਲੋਕਾਂ ਨੂੰ ਤੁਸੀਂ ਪ੍ਰਮੋਟ ਨਾ ਕਰੋ, ਇਹੋ ਜਿਹੇ ਲੋਕਾਂ ਨੂੰ ਗਰੇਜ਼, ਇਹਨਾਂ ਲੋਕਾਂ ਤੋਂ ਗਰੇਜ਼ ਕਰੋ ਜਿਹੜਾ ਮਾਹੌਲ ਵਿਗਾੜਨਾ ਚਾਹੁੰਦੇ ਨੇ। ਜਿੱਥੇ ਬੀਜੇਪੀ ਦੇ ਖਾਸ ਕਰਕੇ ਪੰਜਾਬ ਦੀ ਲੀਡਰਸ਼ਿਪ ਨੂੰ ਸਖ਼ਤ ਸਟੈਂਡ ਲੈਣ ਦੀ ਲੋੜ ਹੈ ਕਿ ਸਹੀ ਨੂੰ ਸਹੀ ਕਹਿਣਾ, ਗਲਤ ਨੂੰ ਗਲਤ, ਇਹ ਤਾਂ ਦੂਰ ਦੀ ਗੱਲ। ਇੱਕ ਚਿੱਠੀ ਆ ਚਰਚਾ ਦਾ ਵਿਸ਼ਾ ਬਣੀ ਜਿਹੜੀ ਕਿ ਇੱਕ ਫਰਜ਼ੀ ਪੱਤਰ ਹੈ, ਸਹੀ ਹੈ, ਗਲਤ ਹੈ, ਸਾਜਿਸ਼ ਹੈ, ਸ਼ਰਾਰਤ ਹੈ, ਉਸ ਦੀ ਕੜੀ ਵੀ ਇਸ ਦੇ ਨਾਲ ਹੀ ਜੁੜਦੀ ਹੈ ਕਿਉਂਕਿ ਉਸ 'ਤੇ ਚਿੱਠੀ ਦੇ ਵਿੱਚ ਦੋ ਨਾਅਰੇ ਲਿਖੇ ਗਏ ਆ, ਦੋਵੇਂ ਘੱਟ ਗਿਣਤੀਆਂ ਨਾਲ ਸੰਬੰਧਿਤ। ਇੱਕ ਵਾਹਿਗੁਰੂ ਜੀ ਕਾ ਖਾਲਸਾ ਵੀ ਉਸ ਦੇ ਵਿੱਚ ਹੈ, ਵਾਹਿਗੁਰੂ ਜੀ ਕੀ ਫਤਿਹ, ਔਰ ਨਾਲ ਹੀ ਸਲਾਮ ਵਲਕਮ, ਇਹ ਸਾਰੀਆਂ ਚੀਜ਼ਾਂ ਵੀ ਲਿਖੀਆਂ ਗਈਆਂ। ਕੀ ਇਹ ਜਿਹੜੀ ਚਿੱਠੀ ਹੈ ਫਰਜ਼ੀ ਨਿਕਲਦੀ ਹੈ? ਕਿਉਂਕਿ ਸ਼ਿਕਾਇਤ ਤਾਂ ਹੋ ਜਾਂਦੀ ਆ ਪੁਲਿਸ ਨੂੰ ਹਰ ਵਾਰ ਜਦੋਂ ਵੀ ਇਸ ਤਰ੍ਹਾਂ ਦੀਆਂ ਧਮਕੀ ਭਰੇ ਪੱਤਰ ਆਉਂਦੇ ਨੇ, ਪਰ ਤੈਅ ਤੱਕ ਨਹੀਂ ਅਜਾਇਆ ਜਾਂਦਾ। ਇਹ ਚਿੱਠੀਆਂ ਇਸ ਦੇ ਵਿੱਚ ਕਿਵੇਂ ਬਲਦੀ ਅਤੇ ਤੇਲ ਦਾ ਕੰਮ ਕਰਦੀਆਂ? ਇਹ ਸ਼ਰਾਰਤ ਆ, ਇਹ ਸਾਜਿਸ਼ ਨਹੀਂ, ਇਹ ਸ਼ਰਾਰਤ ਆ। ਕਿਉਂਕਿ ਪੰਜਾਬ 'ਚ ਜਦੋਂ ਅੱਤਵਾਦ ਦਾ ਦਿਨ ਸੀ ਜਾਂ ਕਾਲਾ ਦੌਰ ਸੀ ਨਾ ਜੀ, ਉਦੋਂ ਵੀ ਇਹੋ ਜਿਹੇ ਪ੍ਰੈਸ ਨੂੰ, ਇਹੋ ਜਿਹੀਆਂ ਜਥੇਬੰਦੀਆਂ ਖਾੜਕੂਆਂ ਦੀਆਂ ਪੈਦਾ ਕੀਤੀਆਂ ਗਈਆਂ ਸੀ ਜਿਹੜੀਆਂ ਕਾਗਜ਼ਾਂ ਦੇ ਵਿੱਚ ਸੀ, ਇੱਦਾਂ ਦੇ ਲੈਟਰ ਪੈਡ ਉਦੋਂ ਵੀ ਏਜੰਸੀਆਂ ਛਪਾਉਂਦੀਆਂ ਸੀ। ਅਤੇ ਹੁਣ ਵੀ ਇਹ ਕਿਸੇ ਏਜੰਸੀ ਦਾ, ਕਿਸੇ ਇੱਦਾਂ ਦੇ ਸ਼ਰਾਰਤੀ ਅਨਸਰਾਂ ਦਾ ਕਾਰਾ ਹੋ ਸਕਦਾ, ਕਿਉਂਕਿ ਲੁਧਿਆਣੇ ਦੇ ਵਿੱਚ ਇੰਸੀਡੈਂਟ ਨੂੰ ਹੋਰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਨਾ, ਭੜਕਾਉਣ ਦੇ ਯਤਨ ਕੀਤੇ ਰਹਿ। ਜਦ ਬੀਜੇਪੀ ਦੇ ਲੀਡਰ ਉਸ ਵਿਵਾਦਿਤ ਨੇਤਾ ਦਾ ਹਾਲ ਪੁੱਛਣ ਜਾਂਦੇ ਨੇ, ਪੰਜਾਬ ਦੇ ਰਾਜਪਾਲ ਜਾਂਦੇ ਨੇ, ਤਾਂ ਉਸ ਤੋਂ ਬਾਅਦ ਹੋਰ ਇੱਕ ਕੋਸ਼ਿਸ਼ ਅੱਗ ਭੜਕਾਉਣ ਦੀ ਕੋਸ਼ਿਸ਼ ਕਰਦੇ। ਕਿਉਂਕਿ ਜਦੋਂ ਤੁਸੀਂ ਅਸੀਂ ਗਲਤ ਬੰਦਿਆਂ ਦਾ ਸਾਥ ਦਿੰਦੇ ਨਾ, ਉਦੋਂ ਫਿਰ ਜਿਹੜੇ ਪੰਜਾਬ ਵਿਰੋਧੀ ਜਾਂ ਦੇਸ਼ ਵਿਰੋਧੀ ਤਾਕਤਾਂ ਨੂੰ ਬਲ ਮਿਲਦਾ ਹੈਗਾ, ਉਹ ਇੱਦਾਂ ਦੀ ਉਹ ਫਰਜ਼ੀ ਚਿੱਠੀ ਕੱਢ ਛੱਡੀ ਹੈਗੀ। ਹੁਣ ਉਹਦੇ 'ਚ 4 ਲੀਡਰ ਨੇ, ਉਹ 4 ਲੀਡਰ ਮੈਨੂੰ ਲੱਗਦਾ ਪੰਜਾਬ ਦੇ ਕਿੱਡੇ ਕੁ ਵੱਡੇ ਲੀਡਰ, ਜਿਹਨਾਂ ਉਹਨਾਂ ਨੂੰ ਤੁਸੀਂ ਕਰਕੇ ਨਾ ਹੀਰੋ ਬਣਾਈ ਜਾ ਰਹੇ ਹੋ। ਪਰਮਿੰਦਰ ਸਿੰਘ ਬਰਾੜ ਕੀ ਹੈ? ਕੁਝ ਵੀ ਨਹੀਂ ਹੈਗਾ, ਨਾ ਕਦੀ ਉਹ MLA ਰਿਹਾ, ਕਦੀ ਕੁਛ ਵੀ ਨਹੀਂ ਰਿਹਾ ਹੈਗਾ। ਠੀਕ ਹੈ, ਪਹਿਲਾਂ ਅਕਾਲੀ ਦਲ ਦਾ ਵਿੱਚ ਹੁੰਦਾ, ਅਕਾਲੀ ਦਲ ਵਾਲਿਆਂ ਨੇ ਉਹਨੂੰ ਸੋਈ ਦਾ ਪ੍ਰਧਾਨ ਨਹੀਂ ਬਣਾਇਆ, ਉਹ ਕਾਂਗਰਸ ਚਲ ਗਿਆ, 2 ਦਿਨ ਕਾਂਗਰਸ ਦੇ ਵਿੱਚ ਲਏ, ਉਹ ਬੀਜੇਪੀ ਦੇ ਜਾ ਕੇ ਜਨਰਲ ਸੈਕਟਰੀ ਬਣ ਗਿਆ, ਕੁਛ ਵੀ ਨਹੀਂ ਆ। ਮਨਜਿੰਦਰ ਸਿੰਘ ਸਿਰਸਾ ਕੀ ਨੇ? ਉਹਨਾਂ ਦਾ ਇੱਕ ਕੋਈ ਰਾਣਾ ਹੈ ਨਾ, ਇੱਕ ਕੌਣ ਨੇ? ਤੇਜਿੰਦਰ ਸਿੰਘ ਸਰ ਕੌਣ ਨੇ? ਲੀਡਰ ਕਿੱਡੇ ਕੁ ਵੱਡੇ ਨੇ ਜਿਹੜੇ ਇਹਨਾਂ ਨੂੰ ਨਾ, ਹਾਂ, ਕਿਉਂਕਿ ਉਹ ਮਨਜਿੰਦਰ ਸਿੰਘ ਸਿਰਸਾ, ਕਿਉਂਕਿ ਅਕਾਲੀਆਂ ਦੇ ਬੜੇ ਖਾਸਮ ਖਾਸ ਰਹੇ ਨੇ, ਸੁਖਬੀਰ ਸਿੰਘ ਬਾਦਲ ਦੇ ਬੜੇ ਖਾਸਮ ਖਾਸ ਰਹੇ, ਕਿਸੇ ਵੇਲੇ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਪੰਜਾਬ 'ਚ ਵੀ ਲਿਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਲਾਉਣਾ ਚਾਹੁੰਦੇ ਸੀ, ਲੇਕਿਨ ਉਹ ਅੱਜ ਕੱਲ੍ਹ ਬੀਜੇਪੀ ਦੀ ਬੋਲੀ ਬੋਲ ਰਹੇ, ਕਿਉਂਕਿ ਉਹਨਾਂ ਦੀ ਮਜਬੂਰੀ ਹੋ ਸਕਦੀ। ਉਹ ਤਾਂ ਹੈ ਅਕਾਲੀ ਦਲ ਦੇ
ਸੀ ਬੀਜੇਪੀ ਦੀ ਟਿਕਟ ਤੋਂ ਲੜਦੇ ਨੇ, ਇੱਕ ਵਾਰ ਦੋ ਵਾਰ ਐੱਮ ਐੱਲ ਏ ਬਣ ਗਏ ਨੇ ਦਿੱਲੀ, ਜਿਹੜੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸੈਕਟਰੀ ਰਿਹਾ ਅਕਾਲੀ ਦਲ ਕਰਕੇ, ਸੁਖਬੀਰ ਸਿੰਘ ਬਾਦਲ ਹੋਣਾ ਕਰਕੇ। ਹੁਣ ਇਹਨਾਂ ਲੀਡਰਾਂ ਨੂੰ ਤੁਸੀਂ ਚਿੱਠੀ ਕੱਢੀ ਵੀ ਇਹਨਾਂ ਨੂੰ ਇਹਨਾਂ ਦੇ ਖਿਲਾਫ ਕਰ ਦਿੱਤੀ ਆ, ਮੈਨੂੰ ਲੱਗਦਾ ਕਿ ਇਹਨਾਂ ਤੋਂ ਇਹ ਲੀਡਰਾਂ ਨੂੰ ਪੰਜਾਬ ਨੂੰ ਕੀ ਖਤਰਾ, ਅਤੇ ਜਾਂ ਜਿਹੜਾ ਲੋਕਾਂ ਨੇ ਚਿੱਠੀ ਕੱਢੀ ਕਿਉਂ ਕੱਢੀ ਹੈਗੀ ਨਾ, ਇਹ ਸਾਰੀਆਂ ਅਜਿਹੇ ਮੌਕੇ 'ਚ ਸ਼ਰਾਰਤਾਂ ਹੁੰਦੀਆਂ ਨੇ। ਇਹ ਜਿਹੜੇ ਤਿੰਨ ਚਾਰ ਲੀਡਰ ਮੈਨੂੰ ਸਵਾਏ ਮਨਜਿੰਦਰ ਸਿੰਘ ਸਿਰਸਾ ਤੋਂ ਵੱਡੀ, ਉਹ ਇੱਕ ਸਿੱਖ ਪੋਲੀਟਿਕਸ ਦੀ ਅਗਰ ਗੱਲ ਕੀਤੇ ਇੱਕ ਵੱਡਾ ਚਿਹਰਾ ਨੇ, ਬਾਕੀਆਂ ਦਾ ਕੀ ਹੈਗਾ, ਬਾਕੀਆਂ ਨੇ ਕਿੰਨਾ ਕੀ ਕਿਤੇ ਸਿੱਖਾਂ ਬਾਰੇ ਗਲਤ ਬੋਲਦਾ ਜਾਂ ਹਿੰਦੂਆਂ ਬਾਰੇ ਗਲਤ ਬੋਲਦਾ ਗਾ। ਤਾਂ ਪੁਲਿਸ ਦਾ ਬਣਦਾ ਨਾ ਤੈਅ ਤੱਕ ਜਾਇਆ ਜਾਵੇ ਕਿ ਕਿਹੜੇ ਨਾਮ 'ਤੇ ਆਈ ਹੈ, ਨਾਲ ਕਹਿੰਦੇ ਇੱਕ ਪੁੜੀ ਜੀ ਹੋਰ ਆਈ ਸੀ ਜਿਹੜੀ ਜਲਨਸ਼ੀਲ ਪਦਾਰਥ ਸੀ ਕੋਈ, ਉਹ ਵੀ ਪਤਾ ਨਹੀਂ ਕੀ ਹੈ ਅਤੇ ਕਿਉਂ ਭੇਜਿਆ ਗਿਆ, ਔਰ ਚਿੱਠੀ ਵੀ ਇਹ ਦਫ਼ਤਰ ਆ ਜਿਹੜਾ ਬੀਜੇਪੀ ਦਾ ਉਸ ਨਾਮ ਦੇ ਉੱਤੇ ਆਉਂਦੀ ਹੈ, ਰਜਿਸਟਰੀ ਕੀਤੀ ਹੋਈ ਹੈ ਪੂਰੀ ਬਕਾਇਦਾ। ਜਿੱਥੋਂ ਮਰਜ਼ੀ ਰਜਿਸਟਰੀ ਕਰਵਾ ਲਓ, ਕਿਸੇ ਨੇ ਦੇਖਣਾ ਅੱਜ ਕੱਲ੍ਹ ਮਾਸਕ ਲਾ ਕੇ ਤੁਸੀਂ ਡਾਕਖਾਨੇ ਜਾ ਕੇ ਚਿੱਠੀ ਰਜਿਸਟਰ ਕਰਵਾ ਕੇ ਦੇ ਦਿਓ, ਜਾਂ ਰਾਹ ਜਾਂਦੇ ਨੂੰ ਕੋਈ ਬੱਚਾ ਜਾ ਉਹਨੂੰ ਫੜਾ ਦਿੰਦੇ ਯਾਰ ਉੱਥੇ ਉਹਦੇ 'ਚ ਡੱਬੇ 'ਚ ਪਾ ਦੀ, ਇਹ ਇਹ ਸ਼ਰਾਰਤੀ ਆ, ਉਹ ਬੀਜੇਪੀ ਦੇ ਦਫ਼ਤਰੀ ਆ। ਮੈਨੂੰ ਇਹ ਲੱਗਦਾ ਕਿ ਸ਼ਰਾਰਤ ਕੀਤੀ ਗਈ ਜਾਣ ਬੁੱਝ ਕੇ ਕਿ ਪੰਜਾਬ ਦਾ ਮਾਹੌਲ ਹੋਰ ਖਰਾਬ ਕੀਤਾ ਜਾਵੇ। ਇੱਕ ਉਹ ਜਿਹੜੇ ਰਾਜ ਸਭਾ ਮੈਂਬਰ ਨੇ ਅੰਮ੍ਰਿਤਸਰ, ਸ਼ਵੇਤ ਮਲਿਕ, ਉਹਨਾਂ ਦੀ ਵੀ ਸਟੇਟਮੈਂਟ ਆ ਰਹੀ ਕਿ ਮੈਨੂੰ ਵੀ ਥਰੈਟ ਆ ਗਈ ਨਾ, ਇਹ ਹੁਣ ਥਰੈਟ ਹੀ ਆਉਣੀਆਂ ਹੈਗੀਆਂ ਨੇ, ਇਹ ਮਾਹੌਲ ਆ, ਕਿਉਂਕਿ ਮੈਨੂੰ ਇਹ ਲੱਗਦਾ ਕਿ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਟਾਰਗੇਟ ਕੀਤਾ ਜਾ ਰਿਹਾ, ਮੁੱਖ ਮੰਤਰੀ ਭਗਵੰਤ ਮਾਨ ਨੂੰ ਟਾਰਗੇਟ ਕੀਤਾ ਜਾ ਰਿਹਾ, ਜਦਕਿ ਉਹਦਾ ਕੋਈ ਕਸੂਰ ਵੀ ਨਹੀਂ ਹੈਗਾ, ਪੰਜਾਬ ਸਰਕਾਰ ਦਾ ਕੀ ਕਸੂਰ ਆ, ਮੇਰੀ ਤੇਰੀ ਲੜਾਈ ਹੋ ਗਈ, ਤੁਸੀਂ ਮੇਰੇ ਖਿਲਾਫ਼ ਬੋਲਿਆ ਹੈਗਾ, ਮੈਂ ਤੁਹਾਡੀ ਸੇਵਾ ਕਰ ਦਿੱਤੀ ਹੈਗੀ, ਇਹਦੇ 'ਚ ਕਾਨੂੰਨ ਵਿਵਸਥਾ ਕਿੱਥੋਂ ਵਿਗੜ ਗਈ ਹੈਗੀ, ਤੁਸੀਂ ਮੇਰੇ ਧਰਮ ਬਾਰੇ ਖਿਲਾਫ਼ ਗਲਤ ਬੋਲੀ ਗਏ ਮੈਨੂੰ ਇੰਨਾ ਜ਼ਿਆਦਾ ਪ੍ਰੋਵੋਕ ਕਰ ਦਿੱਤਾ ਗਾ, ਮੈਨੂੰ ਗੁੱਸਾ ਚੜ ਗਿਆ, ਮੈਂ ਚਾਰ ਲਫੇੜ ਛੱਡ ਦਿੱਤੇ ਹੈਗੇ, ਮੈਂ ਤੁਹਾਨੂੰ ਵਾਰਨਿੰਗ ਦਿੱਤੀ ਹੈਗੀ, ਮੈਂ ਤੁਹਾਨੂੰ ਸਬਕ ਸਿਖਾ ਦਿੱਤਾ, ਇਹਦੇ 'ਚ ਪੰਜਾਬ ਦੀ ਕਾਨੂੰਨ ਵਿਵਸਥਾ ਕਿਵੇਂ ਵਿਗੜ ਗਈ ਹੈਗੀ, ਵੀ ਦੋ ਬੰਦਿਆਂ ਦੀ ਲੜਾਈ 'ਚ ਵੀ ਕਾਨੂੰਨ ਵਿਵਸਥਾ ਕਿਵੇਂ ਵਿਗੜ ਗਈ ਹੈਗੀ, ਅਤੇ ਫਿਰ ਤੁਹਾਡੇ ਪਤਾ ਲੈਣ ਚੱਲ ਗਏ, ਵੱਡੇ ਵੱਡੇ ਲੀਡਰ ਚੱਲ ਗਏ, ਅਤੇ ਤੁਹਾਡੇ ਚੱਕਰ ਦੇ ਵਿੱਚ ਪੁਲਿਸ ਤਲਬ ਕਰ ਲਈ ਹੈਗੀ, ਇਹਦੇ ਨੇ ਭਗਵੰਤ ਮਾਨ ਦਾ ਕੀ ਕਸੂਰ ਹੈ, ਦੋ ਬੰਦਿਆਂ ਦੀ ਲੜਾਈ ਦੇ ਵਿੱਚ ਭਗਵੰਤ ਮਾਨ ਦਾ ਕੀ ਕਸੂਰ ਹੈ, ਜਾਂ ਸਟੇਟ ਦਾ ਕੀ ਕਾਨੂੰਨ ਵਿਵਸਥਾ ਕਿੰਨੀ ਵਿਗੜ ਗਈ। ਗਲਤੀ ਕਰਨ ਵਾਲੇ ਦਾ ਜਦੋਂ ਤੁਸੀਂ ਸਾਥ ਦਿਓਗੇ ਮਾਹੌਲ ਵਿਗੜੂਗਾ ਨਾ, ਇਸ ਕਰਕੇ ਸਾਰਿਆਂ ਦੀ ਅੱਖ ਭਗਵੰਤ ਮਾਨ 'ਤੇ ਹੀ ਆ, ਵੀ ਭਗਵੰਤ ਮਾਨ ਦੀ ਕਿਸੇ ਨਾ ਕਿਸੇ ਨੂੰ ਢਾਹ ਕੇ ਅਤੇ ਕੁਰਸੀ ਤੋਂ ਲਾ ਲਈਏ, ਇਵੇਂ ਨਹੀਂ ਹੁੰਦਾ ਨਾ, ਕੁਰਸੀ ਕਰਮਾਂ ਦੇ ਨਾਲ ਮਿਲਦੀ ਹੈਗੀ, ਇੱਦਾਂ ਚਲਾਕੀਆਂ ਦੇ ਨਾਲ ਨਹੀਂ ਨਾ ਮਿਲਦੀ, ਸ਼ਰਾਰਤਾਂ ਦਾ ਸਾਜਿਸ਼ਾਂ ਦੇ ਨਾਲ ਨਹੀਂ ਨਾ ਮਿਲਦੀ ਹੈਗੀ ਇੱਦਾਂ। ਔਰ ਸਾਡੇ ਪੰਜਾਬ ਦੇ ਵਿੱਚ ਇੱਕ ਘਟਨਾ ਵਾਪਰ ਗਈ ਇਹ ਵਾਲੀ, ਔਰ ਉਹਦਾ ਖੁਦ ਜਿਹੜਾ ਵਾ ਜ਼ਿੰਮੇਵਾਰ ਉਹ ਸ਼ਿਵ ਸੈਨਾ ਦੇ ਲੀਡਰ ਹੈਗਾ, ਬਾਕੀ 27 ਸੂਬਿਆਂ ਦੇ ਵਿੱਚ ਕੀ ਹਾਲਾਤ ਨੇ, ਕਿਸੇ ਨੇ ਮਨੀਪੁਰ ਵਾਲੀ ਗੱਲ ਕੀਤੀ, ਰਾਜਸਥਾਨ ਗੱਲ ਕੀਤੀ ਹੈਗੀ, ਯੂਪੀ ਵਿੱਚ ਗੱਲ ਕੀਤੀ, ਹਰਿਆਣੇ 'ਚ ਕੀ ਕੁਝ ਹੋ ਰਿਹਾ, ਸਿੱਖਾਂ ਦੇ ਘਰ ਢਾਹ ਦਿੱਤੇ ਗਏ, ਸਿੱਖ ਕਾਰੋਬਾਰੀ 'ਤੇ ਜਾਨਲੇਵਾ ਹਮਲਾ ਹੋਇਆ, ਉਦੋਂ ਤਾਂ ਬੀਜੇਪੀ ਵਾਲਿਆਂ ਨੂੰ ਤਾਂ ਕੁਝ ਨਹੀਂ ਬੋਲੇ ਹੈਗੇ, ਅਤੇ ਅੱਜ ਕਰਕੇ ਅਤੇ ਉਹ ਕਰਕੇ, ਕਿਉਂਕਿ ਉੱਥੇ ਉਹਨਾਂ ਦੀ ਸਰਕਾਰ ਆ, ਇੱਥੇ ਵੀ ਆਮ ਆਦਮੀ ਪਾਰਟੀ ਦਾ ਜਾਂ ਇੱਥੇ ਕਾਂਗਰਸ ਸਰਕਾਰ ਇਹਨਾਂ ਇਹੋ ਹੀ ਕਰਨੇ ਸੀ, ਪਰ ਮੈਨੂੰ ਲੱਗਦਾ ਕਿ ਪੰਜਾਬ ਦੇ ਬੀਜੇਪੀ ਬੜੇ ਲੀਡਰ ਸਿਆਣੇ ਨੇ, ਘੱਟੋ ਘੱਟ ਯਾਰ ਚੰਗੀਆਂ ਗੱਲਾਂ ਕਰ ਲਓ, ਕੋਈ ਨਹੀਂ 27 ਕਿਹੜੀ ਕਿ ਦੂਰ ਆ, ਤੁਹਾਡੀ ਵੀ ਕਿਤੇ ਜੇ ਕਰਮਾਂ 'ਚ ਲੱਗੀ ਤੁਹਾਡੀ ਵੀ ਸਰਕਾਰ ਬਣ ਜੂਗੀ, ਇੱਦਾਂ ਧੱਕੇ ਨਾਲ ਨਾ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਕਹਿੰਦੇ ਵੀ ਉਹਨੂੰ ਕੁਰਸੀ ਤੋਂ ਥੱਲੇ ਸੁੱਟ ਦਈਏ, ਇੱਦਾਂ ਕੁਰਸੀਆਂ ਨਹੀਂ ਨਾ ਮਿਲਦੀਆਂ ਹੈਗੀਆਂ। ਔਰ ਘੱਟੋ ਘੱਟ ਮੈਨੂੰ ਇਹ ਇੱਕੋ ਇੱਕ ਉਮੀਦ ਆ, ਬਾਕੀਆਂ ਦੇ ਉਮੀਦ ਨਹੀਂ ਮੈਨੂੰ ਹੈਗੀ ਕਿ ਬੀਜੇਪੀ ਦੇ ਲੀਡਰ, ਜਾਖੜ ਸਾਹਿਬ 'ਤੇ ਇੱਕ ਲੀਡਰ, ਉਹਨਾਂ 'ਤੇ ਇੱਕ ਉਮੀਦ ਹੈਗੀ ਹੈ ਕਿ ਉਹ ਘੱਟੋ ਘੱਟ ਉਹ ਇੱਕ ਨਾ ਸੈਕੂਲਰ ਸਿਆਸਤ ਕਰਦੇ ਨੇ, ਧਰਮ ਨਿਰਪੱਖਤਾ ਦਾ ਸਬੂਤ ਉਹਨਾਂ ਨੂੰ ਦੇਣਾ ਚਾਹੀਦਾ ਹੈਗਾ ਕਿ ਪੰਜਾਬ ਵਿੱਚ ਜੇ ਉਹ ਸ਼ਿਵ ਸੈਨਾ, ਕਿਉਂਕਿ ਬੀਜੇਪੀ ਦੀ ਜ਼ਿਆਦਾਤਰ ਸ਼ਿਵ ਸੈਨਾ ਵਾ, ਉਹਨਾਂ ਦੀ ਹੀ ਬੋਲੀ ਬੋਲਦੀ ਹੈਗੀ ਆ, ਪਰ ਘੱਟੋ ਘੱਟ ਉਹਨਾਂ ਨੂੰ ਵੀ ਸਮਝਾ ਦੇਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਅਗਰ ਕਿਸੇ ਵੀ ਸ਼ਿਵ ਸੈਨਾ ਲੀਡਰ ਨੇ ਅਜਿਹਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈਗੀ, ਤਾਂ ਅਸੀਂ ਉਹਨਾਂ ਦਾ ਸਾਥ ਨਹੀਂ ਦੇਵਾਂਗੇ, ਅਸੀਂ ਕਾਨੂੰਨ ਦੇ ਕਾਨੂੰਨ ਨੂੰ ਪਹਿਲ ਦੇਵਾਂਗੇ, ਕਾਨੂੰਨ ਜਿਹੜਾ ਵੀ ਤੋੜੂਗਾ
ਅਸੀਂ ਉਹਦਾ ਉਹਦੇ ਅਸੀਂ ਵਿਰੋਧੀ ਹਾਂ, ਅਤੇ ਜਿਹੜਾ ਕਾਨੂੰਨ ਦੀ ਗੱਲ ਕਰੂਗਾ ਉਹਦੇ ਅਸੀਂ ਹਾਮੀ ਹਾਂ, ਫਿਰ ਗੱਲ ਬਣਦੀ ਹੈਗੀ ਆ। ਹੁਣ ਇਹ ਜਿਹੜਾ ਅਗਰ ਪੰਜਾਬ ਸਰਕਾਰ ਨੂੰ ਲੈ ਕੇ ਜਾਂ ਉਹ ਗੱਲ ਕੀ ਕਰਕੇ ਭਗਵੰਤ ਮਾਨ ਉਹਨੂੰ ਕਰਕੇ ਉਹਦੇ BJP ਦੀ ਇੱਦਾਂ ਦਾਲ ਨਹੀਂ ਗਿਲੀ, ਤੁਸੀਂ ਭਾਈਚਾਰਕ ਸਾਂਝ ਨੂੰ ਤੋੜ ਕੇ, ਭਾਈਚਾਰਕ ਸਾਂਝ ਨੂੰ ਭੜਕਾ ਕੇ ਪੰਜਾਬ ਦੀ ਸਿਆਸਤ ਨਹੀਂ ਕਰ ਸਕਦੇ। ਪੰਜਾਬ ਦੇ ਵਿੱਚ 1947 ਤੋਂ ਲੈ ਕੇ ਹੁਣ ਤੱਕ ਤਾਂ ਕਦੀ ਦੰਗੇ ਨੇ, ਅਤੇ UP ਬਿਹਾਰ ਰਾਜਸਥਾਨ ਮੱਧ ਪ੍ਰਦੇਸ਼ ਦੇ ਵਿੱਚ ਰੋਜ਼ ਹੀ ਦੰਗੇ ਹੁੰਦੇ ਨੇ, ਗੁਜਰਾਤ ਦੇ ਵਿੱਚ ਕਿੰਨੇ ਦੰਗੇ ਹੋਏ ਨੇ, ਅਤੇ ਪੰਜਾਬ ਨੂੰ ਵੱਸਣ ਦਿਓ, ਐਵੇਂ ਨਾ ਪੰਜਾਬ ਨੂੰ ਬਰਬਾਦ ਕਰੋ, ਆਪਣੀਆਂ ਰੋਟੀਆਂ ਸੇਕਣ ਵਾਸਤੇ ਨਾ ਪੰਜਾਬ ਨੂੰ ਨਾ ਬਦਨਾਮ ਕਰੋ। ਜਿਹੜੇ ਇੱਦਾਂ ਦੇ ਲੋਕ ਨੇ, ਔਰ ਪੰਜਾਬ ਦਾ ਇਤਿਹਾਸ ਬੋਲਦਾ ਹੈਗਾ, ਜਿਨ੍ਹਾਂ ਨੇ ਵੀ ਪੰਜਾਬ ਨੂੰ ਅੱਗ ਜਾਂ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਨਾ, ਉਹ ਪਹਿਲਾਂ ਖੁਦ ਉਸ ਅੱਗ ਦੇ ਅਤੇ ਲਾਂਬੂ ਦੇ ਵਿੱਚ ਝੁਲਸੇ ਹੈਗੇ ਨੇ। ਇਹ ਜੇ ਕਿਸੇ ਨੂੰ ਨਹੀਂ ਗਿਆਨ ਹੈਗਾ ਨਾ, ਤਾਂ ਬਹੁਤ ਸਾਰੀਆਂ ਕਿਤਾਬਾਂ ਨੇ, ਜਾਂ ਆਪਣੇ ਵੱਡ ਵਡੇਰਿਆਂ ਕੋਲ ਪੁੱਛ ਲਓ, ਜੋ ਆਂਢੀਆਂ ਗਵਾਂਢੀਆਂ ਕੋਲ ਪੁੱਛ ਲਓ, ਕਿ ਚਾਹੇ ਉਹ ਜਲੰਧਰ ਵਾਲੇ ਹੋਣ, ਚਾਹੇ ਅੰਮ੍ਰਿਤਸਰ ਵਾਲੇ ਹੋਣ, ਚਾਹੇ ਲੁਧਿਆਣੇ ਵਾਲੇ ਹੋਣ, ਜਿੰਨੇ ਵੀ ਪੰਜਾਬ ਦੇ ਵਿੱਚ ਪੰਜਾਬ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ, ਉਹ ਪਹਿਲਾਂ ਸਭ ਤੋਂ ਪਹਿਲਾਂ ਉਹ ਅੱਗ ਦੇ ਵਿੱਚ ਝੁਲਸਿਆ ਹੈਗਾ। ਇਸ ਕਰਕੇ ਪੰਜਾਬ ਦੇ BJP ਲੀਡਰ, ਸ਼ਿਵ ਸੈਨਾ ਵਾਲੇ, ਔਰ ਪੰਜਾਬ ਦੀਆਂ ਤਮਾਮ ਜਿਹੜੀਆਂ ਗਰਮ ਖਿਆਲੀ ਧਿਰਾਂ ਨੇ, ਘੱਟੋ ਘੱਟ ਉਹਨਾਂ ਨੂੰ ਪੰਜਾਬ ਨੂੰ ਬਖਸ਼ ਲੈਣਾ ਚਾਹੀਦਾ ਕਿ ਜਿਹੜੇ ਜਿਨ੍ਹਾਂ ਹੱਥਾਂ ਨਾਲ ਤੁਸੀਂ ਤੀਲੀ ਲਾਉਂਦੇ ਹੋ ਨਾ, ਜਾਂ ਜਿਨ੍ਹਾਂ ਦੇ ਨਾਲ ਤੁਸੀਂ ਇੱਕ ਦੂਜੇ ਨੂੰ ਚੂੰਡੀਆਂ ਭੋਰਦੇ ਹੋ, ਫਿਰ ਉਹ ਉਸੇ ਭਾਸ਼ਾ 'ਚ ਰੱਬ ਉਸੇ ਤੁਹਾਨੂੰ ਸਜ਼ਾ ਦਿੰਦਾ, ਬੜਿਆਂ ਨੂੰ ਇਹ ਸਜ਼ਾ ਦਿੱਤੀ ਹੈਗੀ ਹੈ। ਇਸ ਕਰਕੇ ਪੰਜਾਬ 'ਤੇ ਰਹਿਮ ਕਰਨਾ ਚਾਹੀਦਾ ਹੈਗਾ। ਕਾਨੂੰਨ ਵਿਵਸਥਾ ਲਈ ਕੋਈ ਐਡੀ ਗੱਲ ਨਹੀਂ ਕਿ ਕਾਨੂੰਨ ਵਿਵਸਥਾ, ਇੱਕ ਬੰਦੇ 'ਤੇ ਹਮਲਾ ਹੋ ਗਿਆ ਅਤੇ ਕਾਨੂੰਨ ਵਿਵਸਥਾ ਵਿਗੜ ਗਈ ਹੈਗੀ ਆ, ਕਈਆਂ ਦੀ ਆਪਣੀ ਕਰਤੂਤੇ ਹੈ ਨਾ, ਕੰਮ ਖਰਾਬ ਹੋ ਜਾਂਦਾ, ਉਸ ਤੋਂ ਬਾਅਦ ਸੂਬਾ ਦਾ ਨੁਕਸਾਨ ਹੋ ਜਾਂਦਾ ਹੈਗਾ। ਅਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਲੀਡਰ ਨੇ, ਅਜਿਹੇ ਹੋਰ ਵੀ ਵਿਵਾਦਿਤ ਸ਼ਿਵ ਸੈਨਾ ਵਾਲੇ ਲੀਡਰ ਨੇ, ਜਿਹੜੇ ਸ਼ਕਲਾਂ 'ਤੇ ਬਣੇ, ਉਹ ਕਹਿੰਦੇ ਹੁੰਦੇ ਨਾ ਸ਼ਕਲਾਂ ਮੋਮਣਾਂ ਅਤੇ ਕਰਤੂਤਾਂ ਕਾਫਰਾਂ, ਉਹ ਲੀਡਰ ਨੇ, ਉਹਨਾਂ ਤੋਂ ਪੰਜਾਬ ਨੂੰ ਬਚਣ ਦੀ ਲੋੜ ਹੈ। ਪ੍ਰੋਗਰਾਮ 16 ਨੇ ਸੱਚ ਵਿੱਚ ਅਸੀਂ ਅਜਿਹੇ ਗੰਭੀਰ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ ਹੈ। ਤੁਹਾਡਾ ਇਹਨਾਂ ਮੁੱਦਿਆਂ ਬਾਰੇ ਕੀ ਮੰਨਣਾ, ਕੀ ਵਿਚਾਰ ਹੈ, ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ, ਅਤੇ ਬਣੇ ਰਹੋ ABC ਪੰਜਾਬ ਦੇ ਨਾਲ।